ਥੋੜ੍ਹੇ ਸੈਕਿੰਡ ਦਾ ਗੁੱਸਾ ਬੰਦੇ ਨੂੰ ਸਾਰੀ ਉਮਰ ਲਈ ਊਣਾ ਕਰ ਦਿੰਦਾ ਅਤੇ ਊਣਾਪਣ ਮੁਕਾਇਆ ਕਦੇ ਮੁੱਕਦਾ ਹੀ ਅਤੇ ਕਹਾਣੀ ਇਸੇ ਊਣੇਪਣ ਦੀ ਹੈ। ਖੁੱਲ੍ਹੀਆਂ ਜ਼ਮੀਨਾਂ ਦਾ ਮਾਲਕ ਪੰਜਾਬ ਅੱਜ ਆਪਦੇ ਅਸਲੀ ਮਾਲਕਾਂ ਤੋਂ ਵਾਂਝਾ ਹੋ। ਪਹਾੜ ਜਿੱਦਾਂ ਜੇਰਾ ਰੱਖਣ ਵਾਲੇ ਜੋ ਅਸਮਾਨ ਵੱਲ ਵੇਖਦੇ ਹੋਏ ਰੱਬ 'ਤੇ ਭਰੋਸਾ ਕਰਕੇ ਆਪਣੀ ਜ਼ਮੀਨ 'ਚ ਦਾਣੇ ਖਿਲਾਰਦੇ ਕਰਦੇ ਸਨ, ਹੁਣ ਉਹਨਾਂ ਦਾ ਭਰੋਸਾ ਟੁੱਟਣ ਲੱਗਿਆ ਸੀ ਅਤੇ ਜ਼ਮੀਨਾਂ ਦੀ ਮਲਕੀਅਤ ਉਹਨਾਂ ਕੋਲ ਗਈ ਜਿਹੜੇ ਜ਼ਮੀਨ ਦੀ ਹਿੱਕ 'ਤੇ ਹਲ ਰੱਖ ਕੇ ਵਿਸਾਖ ਦੇ ਮਹੀਨੇ ਵਿੱਚ ਘਰ ਵਿੜਾਉਂਦੇ ਸਨ। ਇਸ ਉੱਠੇ ਗਰਦ ਨੇ ਕਈ ਘਰਾਂ ਦੇ ਘਰ ਧੁੰਦਲੇ ਕਰਦੇ। ਇਹ ਗੱਲ ਤੂੰ ਠੀਕ ਨਹੀਂ ਕੀਤੀ ਤਾਇਆ। 10 ਸਾਲ ਹੋ ਗਏ ਤੇਰੀ ਜ਼ਮੀਨ ਵਾਹੁੰਦਿਆਂ ਤੇ ਹੁਣ ਤੂੰ ਪੈਲੀ ਕਿਸੇ ਹੋਰ ਨੂੰ ਦੇਣ ਨੂੰ ਫਿਰਦਾ। ਆ ਚੱਕ ਆਪਣੇ ਸਾਰੇ ਪਿਛਲੇ ਪੈਸੇ। ਤੇ ਇੱਕ ਗੱਲ ਹੋਰ, ਉਸ ਪੈਲੀ 'ਚ ਅਸੀਂ ਕਿਸੇ ਹੋਰ ਨੂੰ ਨਹੀਂ ਵੜਨ ਦੇਣਾ। ਇਹੀ ਠੇਕਾ ਜਦੋਂ ਟਾਈਮ ਸਿਰ ਦਿੰਦਾ ਨਾ ਤਾਂ ਐਡੀ ਨੌਬਤ ਨਹੀਂ ਆਉਣੀ ਸੀ। ਤੈਨੂੰ ਜ਼ਮੀਨ ਕੀ ਦਿੱਤੀ ਵਾ ਉਹਨੂੰ, ਤੂੰ ਤਾਂ ਮਾਲਕ ਬਣ ਕੇ ਬਹਿ ਗਿਆ। ਜਦੋਂ ਜੀ ਕੀਤਾ ਪੈਸੇ ਦੇ ਗਿਆ, ਜਦੋਂ ਜੀ ਕੀਤਾ ਅਗਲੀ ਵਾਰ ਦੇਵਾਂਗੇ। ਆ ਚੱਕ ਆਪਦੇ ਪੈਸੇ ਤੇ ਦਫਾ ਹੋ ਜਾ ਇੱਥੋਂ। ਜੇ ਦਮ ਆਣਾ ਤਾਂ ਦੇ ਦੀ ਬੋਲੀ ਬਹੁਤ ਚੜ ਕੇ ਤੇ ਰੱਖ ਲਈ ਜ਼ਮੀਨ ਠੇਕੇ ਤੇ। ਜੇ ਆਹ ਗੱਲ ਹੈ ਨਾ ਤਾਂ ਮੈਂ ਵੀ ਵੇਖਦਾ ਮੈਥੋਂ ਚੜ ਕੇ ਬੋਲੀ ਕੌਣ ਲਾਉਂਦਾ। ਹੁਣ ਤੂੰ ਆਪਣੀ ਜ਼ੁਬਾਨ ਤੇ ਪੱਕਾ ਰਹੀ। ਆ ਜਵਾਨ ਵਾਲੀ ਗੱਲ ਤੂੰ ਨਾ ਕਰਦਾ ਤਾਂ ਚੰਗਾ ਹੀ ਹੈ, ਤੇਰੇ ਮੂੰਹ ਫੱਬਦੀ ਨਹੀਂ। ਆ ਤੁਸੀਂ ਕਿਹੜਾ ਨਵਾਂ ਪੰਗਾ ਲੈ ਕੇ ਬਹਿ ਗਏ? ਨਾਲੇ 5-7 ਹਜ਼ਾਰ 'ਚ ਸਾਨੂੰ ਕੀ ਫਰਕ ਪੈਂਦਾ? ਜਿਵੇਂ ਚੱਲਦਾ ਉਵੇਂ ਚੱਲਣ ਦਿਓ। ਮੁੰਡਾ ਸਾਡਾ ਬਾਹਰ ਹੈ,
ਕਿਉਂ ਇਹ ਬੋਲੀ ਵਾਲਾ ਪੰਗਾ ਪਾਇਆ? ਜਿਹੜਾ ਮਾੜਾ ਮੋਟਾ ਵਰਤਦੇ ਸੀ ਹੁਣ ਉਸ ਤੋਂ ਵੀ ਜਾਵਾਂਗੇ। ਕਿਹੜੇ ਵਰਤ ਵਰਤਾਵੇ ਦੀ ਗੱਲ ਕਰਦੀ ਆ ਤੂੰ? ਉਹਨਾਂ ਦੇ ਦਿਮਾਗ 'ਚ ਤਾਂ ਕੁਝ ਹੋਰ ਹੀ ਚੱਲੀ ਜਾਂਦਾ। ਬਾਈ ਇੱਧਰ ਉੱਧਰ ਤਾਂ ਜ਼ਮੀਨਾਂ ਬਥੇਰੀਆਂ ਵਾਲੀਆਂ, ਇੱਥੇ ਹੱਥ ਸਾਫ਼ ਕਰੋ ਹੁਣ ਤੁਸੀਂ। ਆ ਜਿਹੜੀ ਹਰਦਿਆਲੇ ਵਾਲੀ 10 ਕਿੱਲੇ ਜ਼ਮੀਨ ਹੈ, ਤੁਸੀਂ ਉਹਦਾ ਸੌਦਾ ਕਿਉਂ ਨਹੀਂ ਮਾਰਦੇ? ਤੁਸੀਂ ਇਸ ਜ਼ਮੀਨ ਦਾ ਸੌਦਾ ਮਾਰੋ, ਕਿਉਂ ਹਰ ਸਾਲ ਠੇਕਾ ਭਰਦੇ ਹੋ? ਸਾਨੂੰ ਮੁੱਲ ਖਰੀਦ ਕੇ ਕੀ ਫਾਇਦਾ, 10 ਸਾਲ ਤੋਂ ਇਹੀ ਪੈਲੀ ਵਾਹ ਰਹੇ ਹਾਂ, ਹੁਣ ਤਾਂ ਮੋਟਰ ਵੀ ਬੂਟੇ ਵਾਲੀ ਵੱਜਦੀ ਹੈ। ਹਰਦਿਆਲ ਦਾ ਤਾਂ ਨਾਂ ਥੇ ਨਹੀਂ, ਮੁੰਡਾ ਇਹਦਾ ਇੱਧਰ ਹੈ ਨਹੀਂ, ਨਾਲੇ ਮੇਰਦਾਂ ਹੀ ਆ ਵੀ ਕੋਈ ਮੁੰਡਿਆ, ਇਹਨਾਂ ਦੋਵਾਂ ਜੀਆਂ ਦਾ ਪਤਾ ਨਹੀਂ ਕਦੋਂ ਘੋਗਾ ਚਿੱਤ ਹੋ ਜਾਏ, ਅਸੀਂ ਦੱਬ ਦੁੱਬ ਲਾਂਗੇ, ਫਿਰ ਕਿਹੜਾ ਸਾਲਾ ਸਾਤੋ ਛਡਾਉਣ ਵਾਲਾ। ਬਾਈ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਆ ਜ਼ਮੀਨਾਂ ਦੇ ਕਬਜ਼ੇ ਕੁਬਜ਼ੇ ਏਦਾਂ ਨਹੀਂ ਹੁੰਦੇ, ਜੇ ਕੱਲ੍ਹ ਨੂੰ ਬਾਹਰੋਂ ਆ ਗਿਆ ਫਿਰ। ਓਏ ਬਾਹਰ ਬੂਰ ਵਾਲੇ ਪੁਲਿਸ ਕੇਸਾਂ ਤੋਂ ਬੜੇ ਚੱਲਦੇ ਆ, ਆ ਲੈਣ ਦੇ, ਦੇਖਦੇ ਕਿਹੜਾ ਆਜੂ ਵੱਡਾ ਇੱਥੇ ਜ਼ਮੀਨ ਸਾਂਭਣ ਵਾਲਾ ਵੱਡਾ ਮਾਲਕ, ਮਾਲਕ ਤਾਂ ਆ ਬੈਠਾ। ਸਾਲੇ ਨੂੰ ਕਚਹਿਰੀ ਦੇ ਚੱਕਰਾਂ 'ਚ ਐਸਾ ਘੁਮਾਊਂ ਐਸਾ ਘੁਮਾਊਂ, ਮੈਂ ਤਾਂ ਲਿਆ ਦੂੰ ਉਹਦੇ ਨਾਸੀ ਧੂੰਆਂ, ਪਰ ਮੈਨੂੰ ਪਤਾ ਕਿ ਉਹਦੇ ਤਿਲਾਂ 'ਚ ਇੰਨਾ ਤੇਲ ਹੈ ਨਹੀਂ। ਜਿਹੜੀ ਜ਼ਮੀਨ 'ਤੇ ਇੱਕ ਵਾਰ ਬੂਟੇ ਨੇ ਬੂਟਾ ਲਾ ਤਾ, ਸਮਝੋ ਉਹਦੇ 'ਤੇ ਬੂਟੇ ਦਾ ਹੀ ਕਬਜ਼ਾ ਹੋ ਗਿਆ। ਹੁਣ ਅਸੀਂ ਕੀ ਕਰਾਂਗੇ? ਕਰਨਾ ਕੀ ਹੈ, ਇੱਕ ਵਾਰੀ ਆਪਾਂ ਇਹਨਾਂ ਨੂੰ ਜ਼ਮੀਨ 'ਚੋਂ ਬਾਹਰ ਕੱਢਣਾ। ਤੂੰ ਮੇਰੀ ਗੱਲ ਯਾਦ ਰੱਖੀ, ਪਾਲੇ ਨਾਲ ਇਹ ਗੱਲ ਨਾ ਕਰੀ, ਐਵੇਂ ਵਿਚਾਰਾ ਖਾਮ ਖਾਮ ਦੁਖੀ ਹੋਊਗਾ, ਤੈਨੂੰ ਤਾਂ ਪਤਾ ਹੀ ਆ ਉਹਦਾ, ਐਵੇਂ ਛੱਡ ਛੜਾ ਕੇ ਇੱਧਰ ਆ ਕੇ ਬਹਿ ਜੂ। ਜੇ ਕਿਸੇ ਨੇ ਵੱਧ ਕੇ ਬੋਲੀ ਨਾ ਲਾਈ ਫਿਰ? ਇਹਦਾ ਇੰਤਜ਼ਾਮ ਮੈਂ ਕਰੀ ਬੈਠਾ। ਉਹ ਦਿਮਾਗ ਖਰਾਬ ਹੋ ਗਿਆ ਤੁਹਾਡਾ? ਉਹ ਚੰਗੀ ਭਲੀ ਜ਼ਮੀਨ ਆ ਆਪਣੀ ਨਾ, ਤੁਸੀਂ ਉਹਨਾਂ 10 ਕਿੱਲਿਆਂ ਵਿੱਚ ਜ਼ਰੂਰ ਵੜਨਾ। ਉਹ ਜੇ ਤੁਹਾਨੂੰ ਜ਼ਮੀਨ ਦਾ ਬਾਹਲਾ ਚਾਹ ਆ ਨਾ, ਤਾਂ ਕਿਤੇ ਆਸੇ ਪਾਸੇ ਲੈ ਲਓ। ਉਹ ਮੈਂ ਤੁਹਾਨੂੰ ਮਨਾ ਥੋੜ੍ਹੀ ਕਰਦਾ, ਉਹ ਤੁਸੀਂ 10 ਦੀ ਜਗ੍ਹਾ 20 ਲੈ ਲਓ। ਮੈਂ ਤੇ ਪੁੱਤ ਇਹ ਚਾਹੁੰਦਾ ਇਸ ਕੁੱਤ ਕਲੇਸ਼ ਤੋਂ ਬਚੋ। ਤੂੰ ਭੁੱਲ ਗਿਆ ਬਾਪੂ, ਉਸੇ 10 ਕਿੱਲਿਆਂ 'ਚੋਂ ਨਾ ਸਾਡਾ ਨਹਿਰੀ ਖਾਲ ਲੱਗਦਾ, ਉਹੀ ਪਾਣੀ ਸਾਡੇ ਖੇਤਾਂ ਨੂੰ ਲੱਗਦਾ, ਤੇ ਬੂਟੇ ਨੇ ਉਹ ਖਾਲ ਢਾਇਆ ਤੇ ਉਹ ਖਾਲ ਅਸੀਂ ਦੁਬਾਰਾ ਬਣਾਉਣਾ। ਇੰਨੇ ਸਾਲ ਹੋ ਗਏ ਆਪਾਂ ਨੂੰ ਮੋਟਰ ਨਾਲ ਪਾਣੀ ਲਾਉਂਦੇ ਆ ਨਾ, ਹੁਣ ਕੀ ਹੋਇਆ ਮੋਟਰਾਂ ਨੂੰ? ਉਹ ਗੋਲੀ ਵੱਜ ਗਈ ਮੋਟਰਾਂ ਨੂੰ, ਹੁਣ ਵੀ ਕਹ ਮੋਟਰਾਂ ਨਾਲ ਪਾਣੀ ਲੱਗ ਜੂਗਾ। ਓ ਯਾਰ ਬਾਪੂ, ਕਦੇ ਤਾਂ ਕਿਸੇ ਗੱਲ ਸਾਡੇ ਨਾਲ ਖੜ ਜਾ ਕਰ। ਹਰਦਿਆਲ ਆਪ ਆਇਆ ਸੀ ਜ਼ਮੀਨ ਠੇਕੇ ਤੇ ਦੇਣ ਵਾਸਤੇ ਸਾਡੇ ਕੋਲ, ਅਸੀਂ ਥੋੜੂ ਕੋਈ ਉਹਦੇ ਕੋਲ ਚੱਲ ਕੇ ਨਾ, ਉਹਨੂੰ ਉਦੋਂ ਨਹੀਂ ਸੀ ਦੱਸਦਾ ਜਦੋਂ ਅਸੀਂ ਉਹਦੇ ਕੋਲ ਚੱਲ ਕੇ ਗਏ ਸੀ। ਉਦੋਂ ਤਾਂ ਬੜਾ ਚੌੜਾ ਹੋ ਕੇ ਕਹਿੰਦਾ ਸੀ ਮੈਂ ਤੇ ਜ਼ਮੀਨ ਉਹਨੂੰ ਦਊਂ ਜਿਹੜਾ ਵੱਧ ਠੇਕਾ ਦਊ, ਹੁਣ ਲੈ ਲੈਂਦਾ ਉਹ ਤੋਂ ਠੇਕਾ, ਦੇ ਦਿੰਦਾ ਉਹਨੂੰ ਜ਼ਮੀਨ। ਉਹ ਬਾਪੂ ਸਾਰੀਆਂ ਪੁਰਾਣੀਆਂ ਗੱਲਾਂ, ਤੂੰ ਕੱਲ ਦਾ ਦੱਸ ਕਿਵੇਂ ਕਰਨਾ, ਨਹੀਂ ਤਾਂ ਨਾ ਇਹ ਕਲੇਸ਼ ਵੱਧਦਾ ਹੀ ਜਾਊਗਾ। ਓ ਯਾਰ, ਇੱਕ ਤਾਂ ਤੁਸੀਂ ਸਮਝਦੇ ਨਹੀਂ ਕਿਸੇ ਗੱਲ ਨੂੰ।
ਚਲੋ ਠੀਕ ਆ ਫਿਰ, ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਉਵੇਂ ਕਰ ਲਓ, ਪਰ ਮੇਰੀ ਇੱਕ ਗੱਲ ਯਾਦ ਰੱਖਿਓ, ਉਹ ਠੇਕਾ ਜਿਹੜਾ ਨਾ ਆਪਣੇ ਵਿੱਤ ਹਿਸਾਬ ਨਾਲ ਹੀ ਰੱਖਿਓ, ਉਹ ਐਵੇਂ ਨਾ ਕਿਤੇ ਚੌੜੇ ਹੋ ਗਏ ਠੇਕਾ ਵਧਾਈ ਤੁਰੀ ਜਾਇਓ। ਨਹੀਂ ਨਹੀਂ ਬਾਪੂ, ਤੂੰ ਚਿੰਤਾ ਨਾ ਕਰ। ਵਿੱਤ ਵੁੱਤ ਵਾਲੀ ਗੱਲ ਨਹੀਂ ਹੁਣ, ਹੁਣ ਤਾਂ ਜੱਟ ਕਈਆਂ ਦੀ ਅੜੀ ਭੰਨੂਗਾ। ਉਹ ਕਿਤੇ ਇਹ ਨਾ ਹੋਵੇ ਆ ਜਿਹੜੇ ਚਾਰ ਸਿੱਲੜ ਇਕੱਠੇ ਕੀਤੇ ਆ ਇਹ ਨਾ ਲਵਾ ਕੇ ਬਹਿ ਜਾਓ ਕਿਤੇ। ਉਹ ਬੁੜਿਆ, ਕਦੇ ਤਾਂ ਚੰਗੀ ਗੱਲ ਕੱਢ ਲਿਆ ਕਰ ਆਪਣੇ ਮੂੰਹੋਂ, ਜਦ ਵੀ ਬੋਲੇਗਾ ਮਾੜਾ ਹੀ ਬੋਲੇਗਾ। ਰੋਟੀ ਪਾਣੀ ਮਿਲ ਜਾਂਦਾ ਤੈਨੂੰ ਟਾਈਮ ਨਾਲ, ਆ ਬੈਠ ਕੇ ਖਾ ਲਿਆ ਕਰ ਸਵਾਦ, ਕੱਟ ਲੈ ਆਰਾਮ ਨਾਲ ਜਿਹੜੇ ਚਾਰ ਦਿਨ ਹੈਗੇ ਤੇਰੇ ਕੋਲ। ਨਾ ਹੁਣ ਚੰਗਾ ਸ਼ੋਤ ਲਹਾ ਕੇ ਬਹਿ ਜਾ ਅੰਦਰ ਚੁੱਪ ਕਰਕੇ, ਮੈਂ ਦੇਖਦੀ ਹਾਂ ਕਿਹੜਾ ਖੜ ਜੇ ਮੇਰੇ ਪੁੱਤ ਦੇ ਸਾਹਮਣੇ। ਬੁੱਢਿਆ ਸੁਣ ਲਓ ਮੇਰੀ ਗੱਲ, ਜ਼ਮੀਨ ਇੱਥੋਂ ਨਹੀਂ ਜਾਣੀ ਚਾਹੀਦੀ, ਜੋ ਮਰਜ਼ੀ ਹੋ ਜੇ। ਮੈਂ ਵੀ ਦੇਖਦੀ ਹਾਂ ਕੱਲ ਨੂੰ ਕੌਣ ਖੜਦਾ ਮੇਰੇ ਪੁੱਤ ਦੇ ਮੂਹਰੇ। ਚੰਗੀ ਭਲੀ ਸ਼ਾਂਤੀ ਸੀ ਘਰੇ, ਹੁਣ ਬੁੜੀ ਨੇ ਪਲੇਟ ਪਵਾ ਲਿਆ। ਬਾਈ ਬੋਲੀ ਵਾਲਾ ਕੰਮ ਤਾਂ ਗਲਤ ਆ, 40,000 ਤੋਂ ਸ਼ੁਰੂ ਆ, ਖੇਤੀਬਾੜੀ ਵਿੱਚੋਂ ਬਚਦਾ ਵੀ ਕੀ ਆ, ਇਹ ਤਾਂ ਐਵੇਂ ਮਾਰਨ ਵਾਲੀਆਂ ਗੱਲਾਂ ਕਰਦੇ ਆ। ਉਹ ਬਾਈ ਮੈਂ ਤੇ ਕਹਿੰਦਾ ਦੂਜੇ ਨੂੰ ਵੀ ਫਾਇਦਾ ਹੋਣਗੇ, ਇਹ ਨਾਲ ਦੇਖੋ ਦੇਖੀ ਦੂਜਿਆਂ ਨੇ ਕੰਮ ਸ਼ੁਰੂ ਕਰ ਲਿਆ। ਕਿਆ ਇਹੋ ਹੋਣਾ? ਲਓ ਜੀ ਸਰਦਾਰ ਬੂਟਾ ਸਿੰਘ ਜੀ ਪਹੁੰਚ ਚੁੱਕੇ ਨੇ, ਇਹਨਾਂ ਦਾ ਨਾਮ ਤਾਂ ਆਪਾਂ ਪਹਿਲੀ ਲਿਖਦਾ ਸੀ। ਚਲੋ ਦੇਰੀ ਨਾ ਕਰਦੇ ਹੋਏ ਆਪਾਂ ਬੋਲੀ ਦਾ ਕੰਮ ਸ਼ੁਰੂ ਕਰਦੇ ਹਾਂ ਜੀ। ਲਓ ਜੀ ਲਗਭਗ ਮੈਨੂੰ ਲੱਗਦਾ ਸਾਰੇ ਕਿਸਾਨ ਭਰਾ ਪਹੁੰਚ ਚੁੱਕੇ ਨੇ। ਸਮੇਂ ਦੀ ਮੰਗ ਨੂੰ ਦੇਖਦੇ ਹੋਏ ਆਪਾਂ ਬੋਲੀ ਸ਼ੁਰੂ ਕਰਨ ਜਾ ਰਹੇ ਹਾਂ। ਮਾਲਕ ਹਰਦਿਆਲ ਸਿੰਘ ਜਿਨ੍ਹਾਂ ਦੀ 10 ਕਿੱਲੇ ਜ਼ਮੀਨ ਨਹਿਰੀ ਪਾਣੀ ਵਾਲੀ ਵਿੱਚ 12-12 ਦੀਆਂ 2 ਮੋਟਰਾਂ ਲੱਗੀਆਂ, ਮੱਥਾ ਵੱਡੀ ਰੋਡ ਨਾਲ ਲੱਗਦਾ ਹੈ, ਝੋਟੇ ਦੇ ਸਿਰ ਵਰਗੀ ਜ਼ਮੀਨ ਦੀ ਬੋਲੀ ਸ਼ੁਰੂ ਕਰਨ ਜਾ ਰਹੇ ਹਾਂ। ਬੋਲੀ ਦੀ ਸ਼ੁਰੂਆਤ ਵਿੱਚ ਬੋਲੀ ਦੇ ਸ਼ੁਰੂਆਤੀ ਰੇਟ ਬੋਲਾਂਗੇ, ਗਿਣਤੀ ਚੱਲੂਗੀ 3 ਤੱਕ, 3 ਤੋਂ ਪਹਿਲਾਂ ਰੇਟ ਤੁਸੀਂ ਆਪਣਾ ਲਾਓਗੇ। ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਬੋਲੀ ਦਾ ਪਹਿਲਾ ਰੇਟ ਸ਼ੁਰੂ ਕਰਦੇ ਹਾਂ। ਪਹਿਲਾ ਰੇਟ 40,000 ਪਰ ਕਿੱਲਾ। ਹਜ਼ਾਰ
ਲਓ ਜੀ ਸਰਦਾਰ ਬੂਟਾ ਸਿੰਘ ਨੇ ਰੇਟ ਲਾਤਾ 50,000 ਰੁਪਇਆ। ਹੈ ਕੋਈ ਮਾਈ ਦਾ ਲਾਲ ਜੋ ਬਾਈ ਬੂਟਾ ਸਿੰਘ ਦਾ ਰੇਟ ਤੋੜ ਦੋ। 50,000 ਇੱਕ ਓ ਭਾਈ ਤੂੰ ਯਾਰ ਮਰਨਾ ਹੈ। ਓਏ ਆਪਾਂ ਦਾ ਸ਼ੂਗਰ ਮੇਲਾ ਕਰਨਾ ਆ ਥੋੜਾ ਟਾਈਮ, ਤੂੰ ਵੇਖਦਾ ਜਾ ਰੇਟ ਚੱਕੂ। ਲਓ ਜੀ ਬੋਲੀ ਨਾਪਣੀ ਮਲਕੀਤ ਸਿੰਘ ਨੇ 5,000 ਦੇ ਵਾਧੇ ਨਾਲ। 55,000 ਇੱਕ, 55,000 ਦੋ, 70,000। ਲੈ ਹੁਣ ਵਧਾ, ਅਗਲੇ ਨੇ ਨਾਪਤੀ ਨਾ ਤੇਲੀ। ਤੂੰ ਵੇਖਦਾ ਜਾ ਹੁੰਦਾ ਕੀ ਆ, ਇਹਦੀ ਪੂੰਛ ਚੁਗਾਉਣੀ ਆ। ਲਓ ਜੀ 70,000 ਤੇ ਨਾਪ ਲਈਏ ਸਰਦਾਰ ਬੂਟਾ ਸਿੰਘ ਨੇ ਬੋਲੀ। 70,000 ਇੱਕ, 70,000 ਦੋ, 90,000। ਅਸਲਾ ਨਾਲ ਦੇ ਪਿੰਡ ਵਾਲਾ ਚੜ੍ਹਵੀਂ ਬੋਲੀ ਕਿਉਂ ਲਾਈ ਜਾਂਦਾ? ਆਹ ਬਣੀ ਆ ਗੱਲ, ਸਰਦਾਰ ਬੂਟਾ ਸਿੰਘ ਨੂੰ ਟੱਕਰ ਦੇ ਰਹੇ ਨੇ ਸਰਦਾਰ ਮਲਕੀਤ ਸਿੰਘ। ਕੀ ਬਾਤ ਹੈ! 90,000 ਇੱਕ, 90,000 ਦੋ, 1,00,000। ਭਾਈ ਜੀ ਗਿਣਤੀ ਤੇ ਗਿਣ ਲੈਣ ਦੋ। ਗਿਣਤੀ ਤੋਂ ਪਹਿਲਾਂ ਹੀ ਸਰਦਾਰ ਬੂਟਾ ਸਿੰਘ ਨੇ ਰੇਟ ਚੜਾਤਾ ਮਿੱਤਰੋ, 1,00,000 ਰੁਪਇਆ। ਮੈਨੂੰ ਲੱਗਦਾ ਬਾਈ ਕੋਈ ਬੋਲੀ ਹੁਣ ਅੱਗੇ ਤੋਰੂਗਾ, ਫਿਰ ਵੀ ਆਪਾਂ ਗਿਣਤੀ ਸ਼ੁਰੂ ਕਰਦੇ ਆ। 1,00,000 ਇੱਕ, 1,00,000 ਦੋ, 1,00,000, 1,20,000। ਗੱਲ ਚੰਗੀ ਨਹੀਂ ਬੂਟਿਆ। ਗੱਲ ਤਾਂ ਦੱਸੋ ਕੀ ਹੋਈ? ਤੂੰ ਸਾਡਾ ਪਾਣੀ ਕਿਉਂ ਰੋਕਿਆ? ਦੇਖੋ ਹੁਣ ਇਹ ਜ਼ਮੀਨ ਲਈ ਆਪਾਂ ਠੇਕੇ ਤੇ, ਤੇ ਮਰਜ਼ੀ ਵੀ ਸਾਡੀ ਓ ਚੱਲੂ। ਜੇ ਤੁਹਾਨੂੰ ਪਾਣੀ ਦੀ ਦਿੱਕਤ ਹੈ ਤਾਂ ਤੁਸੀਂ ਕਿਸੇ ਹੋਰ ਪਾਸੇ ਦੇਖ ਲਓ ਆਪਣੇ ਵਾਸਤੇ। ਆ ਦੇਖ ਗੱਲਾਂ ਦੇਖ ਕਿਉਂ ਜਿਹੀਆਂ ਕਰਦਾ ਇਹ। ਜਦੋਂ ਇਹੀ ਜ਼ਮੀਨ ਸਾਡੇ ਕੋਲ ਸੀ ਅਸੀਂ ਤਾਂ ਤੇਰਾ ਪਾਣੀ ਰੋਕਿਆ ਨਹੀਂ। ਤੁਹਾਡੇ ਚ ਦਮ ਹੁੰਦਾ ਤਾਂ ਰੋਕ ਲੈਂਦੇ, ਮੇਰੇ ਚ ਦਮ ਹੈ ਮੈਂ ਰੋਕ ਲਿਆ। ਦਫਾ ਆ ਜਾਓ ਇੱਥੋਂ, ਹੁਣ ਇਹ ਜ਼ਮੀਨ ਤਾਂ ਹੁਣ ਮੇਰੀ ਆ। ਕੋਈ ਨੀ ਪੁੱਤ, ਕਿਸੇ ਨਾ ਕਿਸੇ ਦਿਨ ਤਾਂ ਤੂੰ ਵੀ ਜੜ ਥੱਲੇ ਆਏਗਾ, ਉਦੋਂ ਦੱਸਾਂਗੇ ਤੈਨੂੰ ਕਿ ਕਿਸ ਭਾਅ ਵਿਕਦੀ ਆ ਮੂੰਗੀ। ਲੱਖ 20,000 ਦੋ, 1,50,000।
2 ਲੱਖ। ਮੈਨੂੰ ਲੱਗਦਾ ਹੁਣ ਤੈਨੂੰ ਸਾਈਡ ਤੇ ਅੱਗੇ ਬਹਿ ਜਾਣਾ ਚਾਹੀਦਾ। ਬਾਈ ਜੀ, ਇੰਨੇ ਪੈਸੇ ਕਿਵੇਂ ਕੱਢਾਂਗੇ ਜ਼ਮੀਨ ਚੋਂ? ਸਾਲਿਆ, ਇੱਜ਼ਤ ਦਾ ਸਵਾਲ ਹੈ ਹੁਣ। ਇਹ ਇੰਨੇ ਪੈਸੇ ਕਿਵੇਂ ਪੂਰੇ ਕਰਨਗੇ ਪੈਲੀ ਚੋਂ? ਅਗਲੇ ਸਾਲ ਇਹਨਾਂ ਦੀ ਵਿਕੀ ਲਓ, ਸੋਚ ਲਓ ਇਹਨਾਂ ਦੀ ਖਰੀਦਣੀ ਆ ਜਾਂ ਸਾਰੀ ਉਮਰ ਠੇਕੇ ਵਾਲੀ ਲਈ ਮਰਨਾ। ਲੰਮੀ ਸੋਚੋ ਬਾਈ ਜੀ, ਲੰਮੀ। ਬਾਈ ਜੋ ਮਰਜ਼ੀ ਆ, ਕੇਰਾ ਬਿੰਦਰ ਨੇ ਨਾ ਆ ਬੁੱਟੇ ਦੀ ਪੂੰਛ ਕਾਤੀ। ਉਹ ਬਾਈ, ਇਹ ਨਾ ਹੋਵੇ ਆਉਂਦੇ ਸਾਲ ਨੂੰ ਬਿੰਦਰ ਦਾ ਬਾਂਦਰ ਹੀ ਲੰਡਾ ਹੋ ਜੇ। ਬਾਈ ਲੈ ਵੀ ਆਉਂਦੇ ਸਾਲ ਖਬਰ ਛਪੀ ਲੈ, ਬਾਈ ਇੱਕ ਹੋਰ ਕਿਸਾਨ ਨੇ ਕਾਰਜ ਹੇਠ ਦੱਬ ਕੇ ਕੀਤੀ ਆਤਮ ਹੱਤਿਆ। ਮੱਤ ਮਾਰੀ ਗਈ ਸੀ ਤੁਹਾਡੀ? ਉਹ 2 ਲੱਖ ਕਿੱਲੇ ਦਾ ਰੇਟ ਲਾਤਾ? ਉਹ ਜੇ ਬਹੁਤ ਜ਼ੋਰ ਵੀ ਲਵਾਂਗੇ ਨਾ ਤਾਂ 70-80 ਤੋਂ ਵੱਧ ਫਸਲ ਨਹੀਂ ਨਿਕਲਣੀ। ਇੰਨੇ ਪੈਸੇ ਕਿੱਥੋਂ ਦੇਵਾਂਗੇ? ਕੋਈ ਗੱਲ ਨਹੀਂ ਬਾਪੂ, ਅੜ ਭੰਨਣੀ ਸੀ ਭੰਨਤੀ, ਕਰ ਲਾਂਗੇ ਖੱਬਾ ਸੱਜਾ। ਤੇ ਜਿਹੜਾ ਕਰਜ਼ ਚੜੂਗਾ ਆਪਣੇ ਸਿਰ ਉਹ? ਦਰਸ਼ਨ ਬਾਈ ਜੀ ਘਰੇ ਹੀ ਹੋ? ਉਹ ਆ ਗਿਆ। ਦਿਓ ਹੁਣ ਪੈਸੇ, ਕਿੱਥੋਂ ਦੇਣੇ? ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ। ਕਮਾਲ ਕਰਤੀ ਕਾਕਾ ਤੁਸੀਂ। ਕਮਾਲ ਤਾਂ ਤੁਹਾਡੇ ਲਈ ਹੈ, ਮੇਰੇ ਸਿਰ ਤੇ ਤਾਂ ਇਹਨਾਂ ਨੇ ਕਰਜ਼ਾ ਖੜਾ ਕਰਤਾ। ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਬੋਲੀ 'ਚ ਰੇਟ ਕੀ ਲੱਗਿਆ, ਤੁਸੀਂ ਮੈਨੂੰ ਉਹੀ ਰੇਟ ਦਿਓ ਜੋ ਚੱਲਦਾ। ਬੋਲੀ ਤਾਂ ਮੈਂ ਬੂਟੇ ਤੋਂ ਪੈਲੀ ਛੁਡਾਉਂਦੇ ਮਰਾਂ ਨੇ ਕਰਾਈ ਸੀ, ਸਾਲਾ ਕਬਜ਼ਾ ਕਰਨ ਨੂੰ ਫਿਰਦਾ ਸੀ ਪੈਲੀ 'ਤੇ। ਬੋਲੀ ਦਾ ਇੱਕ ਬਹਾਨਾ, ਮੈਂ ਤਾਂ ਤੁਹਾਡੇ ਨਾਲ ਗੱਲ ਕਰਨਾ ਹੈ। ਮੈਂ ਸੋਚਿਆ ਵੀ ਤੁਸੀਂ ਸੋਚ ਸੋਚ ਕੇ ਆਪਦੇ ਦਿਮਾਗ 'ਤੇ ਟੈਨਸ਼ਨ ਨਾ ਲੈ ਜਾਓ ਜੇ। ਸਭ ਨੂੰ ਪਤਾ ਤੈਨੂੰ ਜ਼ਮੀਨ 'ਚ ਕਿੰਨੀ ਕੁ ਪੈਦਾਵਾਰ ਹੁੰਦੀ ਹੈ। ਬਾਈ ਜੀ, ਸਾਰਾ ਪਿੰਡ ਜਾਣਦਾ ਕਿ ਬੂਟਾ ਸਿੰਘ ਕਿਹੋ ਜਿਹਾ ਬੰਦਾ ਵਾ। ਉਹਨੇ ਹੁਣ ਸਾਡੇ 'ਤੇ ਹੋਰ ਜ਼ਿਆਦਾ ਲੱਗਣਾ। ਪੈਲੀ ਉਦੋਂ ਤਾਂ ਦਿੱਤੀ ਨਹੀਂ ਜਦੋਂ ਤੁਹਾਨੂੰ ਕਿਹਾ ਸੀ, ਤੁਸੀਂ ਤਾਂ ਮਿੱਟੀ ਦਾ ਬੁੱਤ ਬਣ ਕੇ ਖੜ ਗਏ।
ਮਿੱਠੇ ਪਿਆਰੇ ਬਣ ਕੇ ਆਏ ਸੀ, ਅਕਲ ਤੇ ਪੜਦਾ ਪੈ ਗਿਆ ਸੀ। ਗਲਤੀਆਂ ਤਾਂ ਬੰਦੇ ਤੋਂ ਹੁੰਦੀਆਂ ਨਾ ਜੀ। ਚਲੋ ਕੋਈ ਗੱਲ ਨਹੀਂ, ਹੁਣ ਮੈਂ ਜਾਣਾ, ਤੁਸੀਂ ਚਿੰਤਾ ਨਾ ਕਰਿਓ, ਜਦੋਂ ਤੁਹਾਡੇ ਕੋਲ ਪੈਸੇ ਹੋਏ ਉਦੋਂ ਦੇ ਦਿਓ। ਪਰ ਇੱਕ ਗੱਲ ਹੋਰ ਆ ਜੀ, ਇਹ ਗੱਲ ਤੁਸੀਂ ਆਪਦੇ 'ਚ ਰੱਖਿਓ, ਤੁਹਾਡਾ ਵੀ ਫਾਇਦਾ ਅਤੇ ਮੇਰਾ ਵੀ ਫਾਇਦਾ। ਅੱਛਾ ਮੈਂ ਚੱਲਦਾ। ਲੈ ਐਵੇਂ ਟੈਨਸ਼ਨ ਲਈ ਜਾਂਦਾ ਸੀ ਬਾਬੂ। ਭਾਬੀ ਜੀ ਪਾਣੀ ਲੈ ਕੇ ਆਇਓ। ਲਿਆ ਕੁੜੇ, ਦੇ ਇਹਨਾਂ ਨੂੰ ਪਾਣੀ, ਨੱਕੜ ਹੋ ਕੇ ਮਰਨਾ ਇਹਨਾਂ ਨੇ ਉਹਦੇ ਵਿੱਚ। ਮਿੱਟੀ ਪਲੀਤ ਕਰਕੇ ਰੱਖਤੀ ਸਾਡੀ ਤੁਸੀਂ। ਬੁੜੀਏ ਬੋਲ ਨਾ ਬਹੁਤਾ, ਚੁੱਪ ਕਰਕੇ ਅੰਦਰ ਵੜ ਜਾ। ਆ ਜਿਹੜੀ ਜਵਾਨ ਹੁਣ ਚੱਲਦੀ ਹੈ ਮੇਰੇ ਮੂਹਰੇ, ਉਦੋਂ ਚਲਾਉਣੀ ਸੀ ਉੱਥੇ। ਚਾਚੀ ਥੋੜਾ ਜਿਹਾ ਸੋਚ ਕੇ ਪਿੱਛੇ ਹਟਿਆ, ਸੌਦਾ ਥੋੜਾ ਜਿਹਾ ਘਾਟੇ ਦਾ ਹੋਣ ਲੱਗਿਆ ਸੀ। ਅੱਛਾ ਘਾਟਾ, ਕਿਹੜਾ ਘਾਟਾ? ਵੇ ਜੱਟ ਜਦੋਂ ਆਪਦੀ ਆਈ ਤੇ ਆਏ ਹੋਣ ਨਾ, ਉਹ ਬਾਹਲਾ ਸੋਚਦੇ ਨਹੀਂ ਹੁੰਦੇ। ਮੈਂ ਤਾਂ ਐਂ ਕਹਿੰਦੀ ਹਾਂ, ਆਪਣੇ ਵਾਲੀ ਜ਼ਮੀਨ ਵੀ ਦੇ ਦਿਓ ਉਹਨਾਂ ਨੂੰ ਠੇਕੇ ਤੇ। ਤੁਸੀਂ ਆੜਤੀਆਂ ਨਾਲ ਰਲ ਜਾਓ, ਮੁਨੀਮੀ ਕਰ ਲਿਆ ਕਰੋ, ਨਾਲੇ ਉੱਥੇ ਮੰਡੀ 'ਚ ਜਾ ਕੇ ਬੋਰੀਆਂ ਦੀ ਗਿਣਤੀ ਵਿਣਤੀ ਕਰੀ ਜਾਇਆ ਕਰਿਓ। ਕਿਉਂ, ਸੌਖਾ ਨਹੀਂ ਹੈ? ਹੁਣ ਦਿੰਦੇ ਕਿਉਂ ਨਹੀਂ ਜਵਾਬ? ਲੱਗਦੇ ਘਾਟਿਆਂ ਵਾਧਿਆਂ ਦੇ। ਬਿੰਦਰ ਦੀ ਜ਼ਮੀਨ ਆ ਲੱਗਦੀ ਆ ਬਈ, ਉਹਨੇ ਬੋਲੀ ਲਾਈ, ਇਹ ਗੱਲ ਤਾਂ ਸਮਝ ਆਉਂਦੀ ਹੈ। ਪਰ ਜਿਹੜਾ ਨਾਲ ਦੇ ਪਿੰਡ ਵਾਲੇ ਨੇ ਬੋਲੀ ਲਾਈ, ਇਹ ਗੱਲ ਸਾਲੀ ਸਮਝ ਨਹੀਂ ਆਈ। ਇੱਥੇ ਹਰ ਕੋਈ ਦਾਲ ਲਾਉਣ ਨੂੰ ਫਿਰਦਾ, ਉਹਨੇ ਸੋਚਿਆ ਹੁਣ ਆਹ ਦਾ ਵੀ ਲੱਗ ਜੇ। ਭਾਜੀ ਕਿਹੜੇ ਦਾ ਦੀ ਗੱਲ ਕਰਦੇ ਹੋ, ਅਗਲਾ ਤਾਂ ਕੁਝ ਹੋਰ ਹੀ ਕਹੀ ਕੋਈ ਜਾਂਦਾ ਸੀ। ਅੱਖੇ ਬੂਟੇ ਦੀ ਪੂਛ ਚੁਕਾਉਣੀ ਆ ਬਸ, ਬੰਦਾ ਤਾਂ ਉਹ ਕਿਸੇ ਦਾ ਚੱਕੇ ਚੁਕਾਇਆ ਸੀ ਬਾਈ। ਉਹ ਤਾਂ ਬਾਈ ਉਦੋਂ ਚੁੱਪ ਹੋਇਆ ਜਦੋਂ ਬਿੰਦਰ ਘਰ ਗਿਆ ਆ ਕੇ ਬੋਲੀ ਚੱਕ ਕੇ। ਸਾਲੋ ਐਵੇਂ ਨਾ ਬਲਦੀ ਤੇ ਤੇਲ ਪਾਈ ਜਾਓ। ਦੇਖ ਬਾਈ ਆਹ ਹੱਥ 'ਚ ਦਾਰੂ ਫੜੀ ਆਪਾਂ, ਆਹ ਬਾਈ ਦਾ ਚੌਦਵਾਂ ਰਤਨ ਪੀ ਜਾਂਦੇ ਹਾਂ। ਤੇਰੇ ਯਾਰ ਦੀ ਸਵੇਰੇ ਅੱਖ ਨਾ ਖੋਲੇ ਜੇ ਮੈਂ ਝੂਠ ਬੋਲਾਂ, ਕਿ ਨਹੀਂ ਬਾਈ? ਹਾਂ ਬਾਈ, ਬਾਈ ਇਸ ਗੱਲ ਦੀ ਗਵਾਹੀ ਤਾਂ ਯਾਰ ਹੁਣੀ ਵੀ ਭਰਦੇ ਆ। ਮਾੜਾ ਜਿਹਾ ਪਾਣੀ ਪਾਈ ਦਾਰੂ। ਪਤਾ ਕਰੋ ਉਹ ਸਾਲਾ ਕਿਹਦੀ ਸ਼ਹਿ ਤੇ ਭੁੜਕ ਰਿਹਾ ਸੀ। ਬਾਈ ਜੀ ਆਪਾਂ ਕੱਲ ਨੂੰ ਸਾਰੀ ਜਾਣਕਾਰੀ ਇਕੱਠੀ ਕਰ ਲੈਂਦੇ, ਤੁਸੀਂ ਕਹਿਤਾ, ਸਮਝ ਲਓ ਕੰਮ ਹੋ ਗਿਆ।
ਜਿਆਦਾ ਸਿਰ ਤੇ ਨਾ ਚੜਿਆ ਕਰ, ਮੈਂ ਤੈਨੂੰ ਬਹੁਤ ਵਾਰ ਕਹਿਤਾ। ਆਈ ਵੱਡੀ ਮਹਾਰਾਣੀ ਤੇਜੂ, ਉਹ ਤੇਜੂ ਖੜ ਜਾ ਆ ਗਿਆ ਬਈ। ਕੀ ਗੱਲ ਕਾਕੇ, ਅੱਜ ਸਵੇਰੇ ਸਵੇਰੇ ਆ ਗਿਆ? ਉਹ ਯਾਰ ਬੂਟੇ ਦਾ ਕੰਮ ਨਹੀਂ ਕਰਨਾ? ਉਹ ਤੂੰ ਕੋਈ ਬੰਦਾ ਕਮੰਦਾ ਵੇਖ ਲਿਆ ਕਰ, ਤੜਕੇ ਸ਼ੁਰੂ ਹੋ ਜਾਂਦੀ ਆ ਤੂੰ। ਚੁੱਪ ਕਰੇਂਗੀ ਹੁਣ ਕਿ ਮੈਂ ਕਰਾਂ ਝਾੜ ਚਾ ਮੰਦਰ ਆ ਕੇ? ਹਾਂ ਬਈ ਤੂੰ ਬੋਲ। ਉਹ ਰਾਤ ਦਾਰੂ ਪੀ ਕੇ ਤੂੰ ਫੜ ਮਾਰਤੀ, ਹੁਣ ਤੈਨੂੰ ਯਾਦ ਨਹੀਂ ਆਉਂਦਾ ਕੁਛ? ਉਹ ਹਾਂ ਸੱਚ ਯਾਰ, ਉਹ ਬੂਟੇ ਵਾਲਾ ਵੀ ਪਤਾ ਕਰਨਾ। ਹੋਰ ਕਿਆ, ਨਾਲੇ ਜਿਹੜੀ ਪੱਠਿਆਂ ਜੋਗੀ ਮਾੜੀ ਮੋਟੀ ਬਾਹੁੰਦੇ ਆ ਉਹ ਤੇ ਵੀ ਜਾਵੇਗਾ, ਅਜੇ ਬੂਟੇ ਦੇ ਕੰਨ 'ਚ ਫੂਕ ਨਾ ਮਾਰੀ ਤਾਂ। ਆ ਜਾ ਚਾਹ ਪੀ ਕੇ ਚੱਲਦੇ ਫਿਰ। ਉਹ ਨਾ ਵੀ, ਆਹ ਜਿਹੜੀ ਤੈਨੂੰ ਦੁੱਧ 'ਚ ਪੱਤੀ ਮਿਲਦੀ ਹੈ ਉਹੋ ਜਿਹੀ ਤੂੰ ਮੈਨੂੰ ਪਿਆਏਗਾ। ਚੱਲ ਕੋਈ ਨਾ, ਬਾਹਰੋਂ ਪੀ ਲਾਂਗੇ ਆਪਾਂ। ਹੋਰ ਕਿਆ, ਇੱਕ ਮਿੰਟ ਰੁਕ ਜਰਾ, ਮੈਂ ਹੁਣੇ ਆਉਣਾ। ਤੈਨੂੰ ਮੈਂ ਕਿੰਨੀ ਵਾਰੀ ਸਮਝਾ ਕੇ ਭੌਂਕਿਆ ਨਾ ਕਰ ਤੂੰ ਜ਼ਿਆਦਾ। ਨਹੀਂ ਜੀਦੀ, ਤੇਰੇ ਵਰਗੀ ਜਨਾਨੀ ਨਾ ਚਪੇੜਾ ਹੀ ਖਾਂਦੀ ਹੁੰਦੀ ਆ, ਬੰਦਾ ਕਮੰਦਾ ਨਹੀਂ ਵੇਖਦੀ। ਆਈ ਤੂੰ ਇੱਥੋਂ ਸਵੇਰੇ ਸਵੇਰੇ ਤੜਕੇ ਸ਼ੁਰੂ ਹੋ ਜਾਂਦੀ ਆ, ਐਵੇਂ ਸਵੇਰੇ ਸਵੇਰੇ ਜੱਬ ਜਿਹਾ ਖੜਾ ਕਰਕੇ ਬਹਿ ਜਾਂਦੀ ਆ ਇਹ। ਚਲੀਏ ਹੁਣ। ਕਿਉਂ ਕੁੜਤੀ ਵਿਚਾਰੀ? ਉਹ ਯਾਰ ਇਹ ਤਾਂ ਇਹਦੀ ਸਵੇਰੇ ਸ਼ਾਮ ਦੀ ਦਵਾਈ ਹੈ, ਇੱਦਾਂ ਹੀ ਸੈੱਟ ਰਹਿੰਦੀ ਆ ਇਹ। ਚੱਲ ਚੱਲ। ਮਲਕੀਤ ਸਿੰਘ ਉਹ ਗਿਆ ਜੂਆ, ਉਹ ਤਾਂ ਬੂਟੇ ਨੇ ਬੋਲੀ ਉੱਪਰ ਧਰਤੀ, ਨਹੀਂ ਤਾਂ ਉਹਦੇ ਭਾਂਡੇ ਵਿਕ ਜਾਂਦੇ। ਬੋਲੀ 'ਚ ਤਾਂ ਬਾਹਲੀ ਤੜ ਮਾਰਦਾ ਸੀ ਜੀ, ਚਾਰ ਪੈਸੇ ਤਾਂ ਹੈਗੇ ਆ ਉਹਦੇ ਕੋਲ। ਨਹੀਂ ਵੀਰੇ ਕੁਛ ਨਹੀਂ ਉਹਦੇ ਅੱਲੇ ਪੱਲੇ, ਜੇ ਪੱਲੇ ਕੁਛ ਹੁੰਦਾ ਟਰੈਕਟਰ ਨਾ ਖਰੀਦ ਲੈਂਦਾ, ਤੇਲ ਪਵਾ ਕੇ ਲੋਕਾਂ ਤੋਂ ਆਪਣੀ ਪੈਲੀ ਪਵਾਉਂਦਾ। ਬਾਈ ਕਈ ਵਾਰੀ ਬੰਦੇ ਨੂੰ ਆਪਣੇ ਸਹੁਰਿਆਂ ਤੋਂ ਸਪੋਰਟ ਹੁੰਦੀ ਆ। ਉਹ ਸਹੁਰਿਆਂ ਦੀ ਕਾਹਦੀ ਸਪੋਰਟ, ਉਹ ਤਾਂ ਵਿਚਾਰੇ ਆਪ ਦਿਹਾੜੀ ਧੱਪਾ ਕਰਦੇ। ਹੁਣੇ ਹੁਣੇ ਇਹਨੇ ਮੁੰਡਾ ਬਾਹਰ ਭੇਜਿਆ, ਇੱਕ ਕਿੱਲਾ ਵੇਚਿਆ ਤੇ ਤਿੰਨ ਗਹਿਣੇ ਰੱਖੇ ਆ। ਇਹਦੇ ਕੋਲ ਆਪ ਦੀ ਆਪਣੀ ਕਿੰਨੀ ਜ਼ਮੀਨ ਆ? ਉਹ ਹੈਗੇ 8-9 ਕਿੱਲੇ। ਉਹ ਇਹਦਾ ਮੁੰਡਾ ਤਾਂ ਬਾਲਾ ਫੁਕਰਾ ਸੀ, ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ਤੇ ਨਾ ਹੀ ਇੱਥੇ ਕੰਮ ਕਾਰ ਕਰਦਾ ਸੀ, ਤਾਂ ਹੀ ਤਾਂ ਬਾਹਰ ਭੇਜਤਾ ਤੇ ਉੱਧਰ ਹਰਦਿਆਲ ਦੇ ਮੁੰਡੇ ਨੇ ਸਾਂਭਿਆ ਇਹਨੂੰ। ਅੱਛਾ ਇਹ ਗੱਲ ਹੈ, ਜ਼ਮੀਨ ਕਿਹਨੂੰ ਵੇਚੀ ਇਹਨੇ? ਹਰਦਿਆਲ ਨੇ ਲਈ ਆ, ਹੋਰ ਕਿਹਨੇ ਲੈਣੀ ਆ? ਅੰਦਰਲੀ ਗੱਲ ਤਾਂ ਹੋਰ ਹੈ, ਹਰਦਿਆਲ ਨੇ ਖੁਦ ਕਿਹਾ ਤਾਂ ਮਲਕੀਤ ਨੂੰ ਬੋਲੀ ਲਾ ਤੂੰ, ਜ਼ਮੀਨ ਤਾਂ ਬੂਟੇ ਤੋਂ ਛਡਵਾਉਣੀ ਸੀ, ਬੋਲੀ ਤਾਂ ਇੱਕ ਬਹਾਨਾ ਸੀ। ਇੱਕ ਗੱਲ ਦਾ ਤੁਹਾਨੂੰ ਹੋਰ ਪਤਾ, ਹਰਦਿਆਲ ਨੇ ਬਿੰਦਰ ਸਿੰਘ ਤੋਂ ਕਿੰਨਾ ਠੇਕਾ ਲਿਆ? 50,000 ਨੂੰ ਕਿੱਲਾ ਲਿਆ। ਗੱਲ ਆਪਣੇ ਚ ਰਹੇ, ਬਾਹਰ ਨਾ। ਤੂੰ ਕਹਿੰਦਾ ਸੀ ਨਾ ਲੰਬੀ ਸੋਚ, ਆ ਸੋਚ ਲਾ ਲੰਬੀ। ਮੇਰੇ ਸਾਲੇ ਸਾਰੇ ਪਿੰਡ ਦੇ ਸਾਹਮਣੇ ਫੁੱਦੂ ਬਣਾ ਗਏ। ਬਾਈ ਮੈਨੂੰ ਕੀ ਪਤਾ ਸੀ ਉਹ ਇਹੋ ਜਿਹੀਆਂ ਸਕੀਮਾਂ ਲਾਈ ਬੈਠੇ ਆ। ਸਾਰਾ ਪਿੰਡ ਸਲਾਮ ਠੋਕਦਾ ਸੀ ਸਾਨੂੰ, ਹੁਣ ਹੱਸਦੇ ਆ ਸਾਰੇ। ਚੰਗਾ ਹੁੰਦਾ ਜੇ ਤੇਰੀ ਸਲਾਹ ਨਾ ਮੰਨਦਾ ਉਸ ਦਿਨ। ਇਹਨੇ ਤੈਨੂੰ ਚੰਗੀ ਉਹ ਸਲਾਹ ਦਿੱਤੀ ਸੀ, ਇਹਨੇ ਦੱਸ ਕੀ ਮਾੜਾ ਕਰਦਾ ਤੇਰਾ? ਉਹ ਫੁੜਿਆ, ਤੈਂ ਤਾਂ ਸਾਰੀ ਉਮਰ ਝੁੱਕ ਕੇ ਕੱਟ ਲਈ, ਪਰ ਬੂਟੇ ਨੇ ਨਹੀਂ ਝੁਕਣਾ। ਤੂੰ ਖਾ ਕੇ ਦੋ ਰੋਟੀਆਂ ਮੰਜੇ ਤੇ ਪਾਸਾ ਮਾਰ ਕੇ ਪੈ ਜਿਆ ਕਰ, ਹੁਣ ਮੈਂ ਜਵਾਕ ਨਹੀਂ ਰਿਹਾ। ਐਵੇਂ ਗੱਲ ਗੱਲ ਤੇ ਮੱਤਾਂ ਦਿੰਦਾ ਰਹਿਣਾ ਮੈਨੂੰ। ਜੇ ਤੂੰ ਜਵਾਕ ਹੁੰਦਾ ਤਾਂ ਤੇਰੇ ਦੋ ਥੱਪੜ ਮਾਰ ਕੇ ਤੈਨੂੰ ਸਮਝਾ ਲੈਂਦੇ। ਹੁਣ ਮਾਰ ਲੈ ਥੱਪੜ, ਹੁਣ ਦੇਖ ਲੈ ਸਮਝਾ ਕੇ ਜੇ ਮੈਂ ਸਮਝਦਾ ਤਾਂ। ਵੇ ਇਹਨੂੰ ਤਾਂ ਤੀਵੀਂ ਹੋਣਾ ਚਾਹੀਦਾ ਸੀ, ਤੀਵੀਆਂ ਵਾਲੇ ਲੱਛਣ ਨੇ ਇਹਦੇ। ਮੈਨੂੰ ਹੋਣਾ ਚਾਹੀਦਾ ਸੀ ਬੰਦਾ,
ਮੈਂ ਦੱਸਦੀ ਵੀ ਕੀ ਹੁੰਦੀ ਆ ਅਣਖ। ਆ ਜਿਹੜੀ ਅਣਖ ਉਣਖ ਜੀ ਚੱਕੀ ਫਿਰਦੀ ਆ ਨਾ, ਇਹ ਪਾਣੀ ਦਾ ਬਲਬ ਲਾ, ਜੇ ਛਲ ਆਈ ਪਤਾ ਨੀ ਕਦੋਂ ਫਟ ਜੇ। ਨਾਲੇ ਜਿਹੜਾ ਤੁਹਾਡੇ ਸਾਰੇ ਟੱਬਰ ਦੇ ਲੱਛਣ ਆ ਨਾ, ਇਹ ਘਰ ਨੂੰ ਬਰਬਾਦ ਕਰਕੇ ਛੱਡਣਗੇ, ਘਰ ਨੂੰ ਬਰਬਾਦ ਕਰਕੇ। ਓ ਬੁੜਿਆ ਕੰਨ ਖੋਲ ਕੇ ਗੱਲ ਸੁਣ ਲੈ, ਆ ਸੰਤ ਮਹਾਤਮਾ ਵਾਲੇ ਪ੍ਰਵਚਨ ਦੇਣੇ ਛੱਡ ਦੇ, ਕਿਤੇ ਮੈਨੂੰ ਕੱਲ ਨੂੰ ਤੇਰਾ ਭੋਗ ਨਾ ਰਖਾਉਣਾ ਪੈ ਜੇ, ਨਾਲੇ ਮੇਰਾ ਦਿਮਾਗ ਪਹਿਲਾਂ ਹੀ ਖਰਾਬ ਹੋਇਆ ਪਿਆ। ਕੀ ਕਰੀ ਜਾਂਦਾ ਯਾਰ ਭਾਈ, ਚਾਚੇ ਨੂੰ ਛੱਡ ਯਾਰ। ਮੈਂ ਬੋਲਣ ਜੋਗੇ ਹੀ ਹੋ ਤੁਸੀਂ, ਥੋਥੋ ਨਹੀਂ ਕੁਛ ਹੁੰਦਾ। ਮੈਂ ਕਰਦੀ ਹਾਂ ਮੇਰੇ ਭਰਾ ਨੂੰ ਫੋਨ, ਉਹ ਸਮਝਾਓ ਤੁਹਾਨੂੰ ਵੀ ਅਣਕ ਚੀਜ਼ ਕੀ ਹੁੰਦੀ ਹੈ। ਬਾਈ ਆਪਾਂ ਨਿਕਲੀਏ ਟਾਈਮ ਨਾਲ, ਦਾਰੂ ਮਿਲੂ ਉਹ ਤਾਂ ਤੂੰ ਭੁੱਲ ਜਾ। ਮੈਨੂੰ ਲੱਗਦਾ ਆਪਾਂ ਨੂੰ ਨਿਕਲਣਾ ਹੀ ਪੈਣਾ, ਅੱਜ ਦਾਰੂ ਆਪਣੀ ਉਹ ਪੀਣੀ ਪੈਣੀ ਹੈ। ਚੰਗਾ ਬੂਟੇ ਬਾਈ, ਆਪਾਂ ਚੱਲਦੇ ਹਾਂ। ਉਹ ਛੇਤੀ ਕਰ। ਸਾਰੇ ਪਿੰਡ ਜੇਠੀ ਕਰਾਤੀ, ਹਲੇ ਠੋ ਜ਼ਮੀਨ ਨਿਕਲ ਗਈ। ਇਹਨਾਂ ਨੇ ਮੇਰੀ ਇੱਕ ਨੀ ਸੁਣੀ, ਭਰਾਵਾ ਮਿੱਟੀ ਪਲੀਤ ਕਰਕੇ ਰੱਖਦੀ। ਵੀਰਾ ਵੇ ਮੈਂ ਤਾਂ ਬਾਲੀ ਔਖੀ ਆ, ਮੇਰੀ ਘਰ ਚ ਕੋਈ ਨੀ ਸੁਣਦਾ, ਮੈਂ ਤਾਂ ਬਾਲੀ ਔਖੀ ਆ ਵੀਰਵੇ। ਹਾਏ ਮੇਰਾ ਵੀਰ ਬਣ ਕੇ ਤੂੰ ਆ ਜਾ, ਬਸ ਕੱਲ ਨੂੰ ਆ ਜਾ। ਮੇਰੀ ਤਾਂ ਬਾਲੀ ਜਾਨ ਔਖੀ ਆ ਵੀਰਾ ਵੇ। ਨਾਲੇ ਕੰਨ ਖੋਲ ਕੇ ਸੁਣ ਲਓ ਹੁਣ ਤੁਸੀਂ ਮੇਰੀ ਗੱਲ, ਮੇਰਾ ਭਰਾ ਜਿਵੇਂ ਕਹੂਗਾ ਜਿਵੇਂ ਕਰੂਗਾ, ਉਹਨੂੰ ਰੋਕਣਾ ਨਹੀਂ ਹੈਗਾ। ਹੁਣ ਤੁਸੀਂ ਇਹਨੂੰ ਪੁੱਛਣ ਵਾਲਾ ਹੋਵੇ, ਇਹਦਾ ਭਰਾ ਕਿਤੇ ਚੰਬਲ ਦਾ ਡਾਕੂਗਾ, ਜਿਹੜਾ ਆਉਂਦੀ ਸਾਰੇ ਮੱਥੇ 'ਚ ਗੋਲੀ ਮਾਰ ਦੂ। ਉਹ ਕੀ ਗੱਲ ਹੋ ਗਈ, ਰੁਕ ਕਿਉਂ ਗਿਆ? ਭਰਾਵਾ ਅਗਲਾ ਚੰਬਲ ਦਾ ਡਾਕੂ ਤਾਂ ਨਹੀਂ, ਪਰ ਉਹ ਤੋਂ ਘੱਟ ਵੀ ਨਹੀਂ। ਬਾਹਲੇ ਤਗੜੇ ਤਗੜੇ ਕਾਂਡ ਕੀਤੇ ਉਹਨੇ। ਮੈਂ ਤਾਂ ਸੁਣਿਆ ਨਾਲਕ ਦੀ ਜ਼ਮੀਨ ਵਾਲੇ ਨੇ ਨਾ ਇੱਕ ਵਾਰੀ ਇਹਨਾਂ ਦੀ ਪਹੀ ਜੀ ਵੱਢ ਲਈ। ਅੱਛਾ ਫੇਰ ਤੈਨੂੰ ਪਿਆਰ ਨਾਲ ਸਮਝਾ ਰਿਹਾ, ਇਹ ਪਹੀ ਵੱਢਣੀ ਬੰਦ ਕਰ ਦੇ। ਇੱਥੋਂ ਦੀ ਨਾ ਸਾਡਾ ਟਰੈਕਟਰ ਲੰਘਦਾ ਤੇ ਨਾ ਸਾਡੀ ਕੰਬਾਈਨ। ਇਹ ਤੈਨੂੰ ਵੀਰੇ ਦੀ ਪਹਿਲੀ ਤੇ ਆਖਰੀ ਚੇਤਾਵਨੀ ਹੈ। ਓਏ ਜੇ ਮੈਂ ਤਕਸੀਮ ਕਰਾਉਣ ਬਹਿ ਗਿਆ ਨਾ, ਆ ਪਹੀ ਇਹ ਸਾਡੀ ਜ਼ਮੀਨ ਚਾ, ਤੇ ਕਿਤੇ ਇਹ ਨਾ ਹੋਵੇ ਇਹੋ ਉੱਥੇ ਦਿਸੇ ਤੈਨੂੰ ਪਈ। ਇੱਥੋਂ ਜੋ ਹੁੰਦਾ ਤੂੰ ਕਰ ਲਾ, ਅਸੀਂ ਵੱਢਾਂਗੇ, ਸਾਡੀ ਜ਼ਮੀਨ ਆ, ਅਸੀਂ ਨਹੀਂ ਹਟਦੇ। ਗੇਜਿਆ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਹਾ, ਇਹ ਨਾ ਹੋਵੇ ਕਿ ਮੈਥੋਂ ਅਣਹੋਣੀ ਹੋ ਜਾਏ ਤੇ ਪਿੰਡ ਦੇ ਲੋਕ ਮੇਰੇ ਤੇ ਥੂ ਥੂ ਕਰਨ। ਤੂੰ ਕਰ ਲਾ ਜੋ ਕੁਛ ਤੈਥੋਂ ਹੁੰਦਾ, ਉਹ ਮਾਰ ਗਿਆ ਲੋਕ ਜੇ ਦਾਮਾ ਤਾਂ ਇੱਥੇ ਆ।
ਗਜਾ ਇੰਨੀ ਗੱਲ ਤੇ ਬੰਦਾ ਚੱਕਤਾ ਬਈ ਸਾਰੇ ਪਿੰਡ ਨੂੰ ਪਤਾ ਸੀ ਕੋਈ ਨੀ ਕੁਛ ਕਿਹਾ ਅਗਲੇ ਨੇ ਪਿਆ ਤੱਕਤਾ ਬਈ ਬਾਹਲਾ ਚੰਦਰਾ ਬੰਦਾ ਫਿਰ ਤਾਂ ਬਈ ਅੱਗੇ ਸੁਣ ਉਹਦੀ ਕੁੜੀ ਕਿਤੇ ਸਕੂਲ ਪੜ੍ਹਦੀ ਸੀ ਆਉਂਦੇ ਜਾਂਦੇ ਮੁੰਡਿਆਂ ਨੇ ਕਿਤੇ ਛੇੜਤੀ ਫਿਰ ਕੁੜੀ ਨੇ ਦੱਸਤਾ ਕਿਤੇ ਘਰੇ ਜਾ ਕੇ ਇਹਨੇ ਚੱਕ ਲਿਆ ਮੁੜਿਆਂ ਦਾ ਟਾਈਮ ਫਿਰ ਕੀ ਹੋਣਾ ਸੀ ਪਾਇਆ ਦੋਹਾਂ ਮੁੰਡਿਆਂ ਨੂੰ ਬੋਰੀ ਚ ਰਾਡਾਂ ਮਾਰ ਮਾਰ ਮੁੰਡੇ ਮਾਰ ਕੇ ਸਾਲੇ ਫੇਰ ਚੁੱਪ ਬਾਈ ਜਾਣੇ ਅਣਜਾਣੇ ਚ ਆਪਾਂ ਤਾਂ ਕਲੇਸ਼ ਖੜਾ ਕਰਤਾ ਬਿੰਦਰਾਂ ਦਾ ਪਤਾ ਨਹੀਂ ਕੀ ਬਣੂਗਾ ਬਾਈ ਸੁਰਜੀਤ ਤੇ ਬਿੰਦਰ ਹੋਰੀ ਵੀ ਨਾ ਤੈਨੂੰ ਦੇਖਣ ਚ ਸਿੱਧੇ ਪੱਧਰੇ ਜੇ ਲੱਗਦੇ ਆ ਹੈਗੇ ਦੋਵੇਂ ਭਰਾ ਜਲੇਬੀ ਸਾਪੀ ਹੈ ਸ਼ਾਇਦ ਤੈਨੂੰ ਪਤਾ ਨਹੀਂ ਬੂਟੇ ਵਰਗਿਆਂ ਦੇ ਚਾਚੇ ਨਾਲ ਇਹਨਾਂ ਕੀ ਕੀਤਾ ਸੀ ਓਏ ਇੱਧਰ ਕਿੱਧਰ ਬਾਲਾ ਮੋਹ ਆਉਂਦਾ ਜ਼ਮੀਨ ਦਾ ਤੈਨੂੰ ਨਾ ਇਹ ਜ਼ਮੀਨ ਠੇਕੇ ਤੇ ਨਹੀਂ ਲੈਣੀ ਚਾਹੀਦੀ ਸੀ ਇਹ ਜ਼ਮੀਨ ਸਾਡੇ ਕੋਲੇ ਸੀ ਓਏ ਤੁਹਾਡੇ ਕੋਲੇ ਹਊ ਓ ਜੱਟ ਨੇ ਲਈ ਹੈ ਜ਼ਮੀਨ ਹਰਦਿਆਲ ਨੂੰ ਪੈਸੇ ਦੇ ਕੇ ਠੇਕੇ ਤੇ ਤੁਹਾਡੇ ਪੱਲੇ ਕੀ ਆ ਜੂਆ ਓਏ ਹੈ ਨਹੀਂ ਕਣ ਕੰਡਾ ਤੁਹਾਡੇ ਚ ਬ
ਭਾਈ ਜੋ ਮਰਜ਼ੀ ਹੋ ਜੇ, ਹੁਣ ਆਪਾਂ ਇਹਨਾਂ ਦੇ ਵਿੱਚ ਨਹੀਂ ਆਉਣਾ। ਉਹ ਵਿੱਚ ਤਾਂ ਬਾਈ ਹੁਣ ਆ ਗਏ, ਹੁਣ ਨਹੀਂ ਭੱਜ ਹੋਣਾ। ਮੌਸਮ ਵੀ ਸਾਲਾ ਗਿੱਲਾ ਸੁੱਕਾ ਜਿਹਾ ਹੋ ਗਿਆ। ਕਿੱਥੇ ਚਾਹ ਵਾਲੇ ਪੰਗੇ 'ਚ ਪਏ? ਮੌਸਮ ਚਾਹ ਵਾਲਾ ਹੈ ਨਹੀਂ ਵੈਸੇ। ਮੈਂ ਤਾਂ ਕਹਿੰਦਾ ਲਾ ਲੈਂਦੇ ਘੁੱਟ ਘੁੱਟ। ਹੁਣ ਬੋਲੇਗਾ ਵੀ ਕੁਛ ਕਿ ਆਈ ਚੁੱਪ ਕਰਕੇ ਬੈਠਾ ਰਹੇਗਾ? ਮੈਨੂੰ ਲੱਗਦਾ ਨਾ ਆਪਾਂ ਐਵੇਂ ਜਦੋਬਾਜ਼ੀ 'ਚ ਬੂਟੇ ਨਾਲ ਐਵੇਂ ਪੰਗਾ ਲੈ ਲਿਆ। ਉਹ ਸਾਲਾ ਨਾ ਕੋਈ ਹਰਕਤ ਜ਼ਰੂਰ ਕਰੂਗਾ। ਫਿਰ ਕੀ ਹੋ ਗਿਆ? ਆਪਾਂ ਕਿਹੜਾ ਘੱਟ ਹੈ? ਨਾਲੇ ਲੰਘੇ ਸਮੇਂ ਬਾਰੇ ਨਹੀਂ ਸੋਚੀਦਾ ਹੁੰਦਾ। ਐਵੇਂ ਮੋਟਰਾਂ ਦਾ ਪਾਣੀ ਲਾ ਲਾ ਕੇ ਜ਼ਮੀਨ ਥੋਥਲੀ ਕਰ ਲਈ ਆਪਾਂ। ਹੁਣ ਦੇਸੀ ਘਿਓ ਵਰਗਾ ਪਾਣੀ ਲੱਗੂਗਾ ਕੱਸੀ ਦਾ ਜ਼ਮੀਨ ਨੂੰ, ਅਤੇ ਉਸੇ ਦੇਸੀ ਘਿਓ ਨੇ ਬੂਟੇ ਦੇ ਢਿੱਡ 'ਚ ਕੁਰਬਲ ਕੁਰਬਲ ਠਾਉਣੀ ਹੈ। ਇਸੇ ਕੁਰਬਲ ਕੁਰਬਲ ਤੋਂ ਡਰ ਲੱਗਦਾ? ਉਹ ਕੁਛ ਨਹੀਂ ਹੁੰਦਾ, ਤੂੰ ਤਕੜਾ ਹੋ। ਹਰਦਿਆਲ ਵਾਲੀ ਜ਼ਮੀਨ ਖਾਲੀ ਹੋਣ ਵਾਲੀ ਹੈ, ਉਸੇ ਜ਼ਮੀਨ 'ਚ ਤੂੰ ਟਰੈਕਟਰ ਦੀ ਲੁੰਬ ਠਾਉਣੀ ਹੈ, ਲੁੰਬ। ਸਦਕੇ ਜਾਵਾਂ, ਮੇਰਾ ਵੀਰ ਆਇਆ ਛੋਟਾ, ਤੇ ਭੋਰਾ ਫੋਨ ਕਰ ਦਿੰਦਾ, ਤੇਲ ਢਾਲ ਦਿੰਦੀ ਮੈਂ ਕੁੜੇ ਸ਼ਿੰਦਰੇ, ਦੁੱਧ 'ਚ ਪੱਤੀ ਪਾ ਕੁੜੇ, ਮੇਰਾ ਭਾਈ ਆਇਆ ਛੋਟਾ। ਭੈਣੇ ਪਹਿਲਾਂ ਮੈਨੂੰ ਇਹ ਦੱਸ, ਕੱਲ੍ਹ ਫੋਨ 'ਤੇ ਬੁੱਕੀ ਕਿਉਂ ਜਾਂਦੀ ਸੀ? ਪਹਿਲਾਂ ਚਾਹ ਪਾਣੀ ਪੀ ਲੈ, ਫਿਰ ਬੈਠ ਕੇ ਗੱਲਾਂ ਕਰਾਂਗੇ। ਆ ਜਾ ਬੈਠੀ। ਤੁਹਾਡੇ ਚ ਪਹਿਲਾਂ ਵਾਲੀ ਤੜ ਹੈ ਨੀ,
ਮੈਂ ਤੁਹਾਨੂੰ ਦੱਸਦਾ ਜ਼ਰੂਰਤ ਕੀ ਚੀਜ਼ ਹੁੰਦੀ ਹੈ। ਤੁਸੀਂ ਮੈਨੂੰ ਉਹਨਾਂ ਦਾ ਪਤਾ ਟਿਕਾਣਾ ਦੱਸੋ, ਉਹ ਕਿੱਥੇ ਕਿੱਥੇ ਰਹਿੰਦੇ ਹੈ, ਫਿਰ ਮੈਂ ਜਾਣਾ ਜਾਂ ਮੇਰਾ ਕੰਮ। ਲਾ ਗਏ ਯਾਰ ਤਰਾ, ਅੱਜ ਪਿੰਡ ਚ ਕੁਝ ਹੋਇਆ ਹੀ ਲੈ। ਅੱਛਾ, ਉਹੀ ਇਹ ਬੂਟੇ ਦੇ ਵਿਆਹ ਚ ਆਖਰੀ ਵਾਰ ਦੇਖਿਆ ਸੀ ਇਹਨੂੰ, ਇਹਦੀ ਸ਼ਕਲ ਚੰਗੀ ਤਰ੍ਹਾਂ ਯਾਦ ਆ ਮੈਨੂੰ। ਬਾਕੀ ਆਥਣੇ ਨੂੰ ਪਿੰਡ ਦਾ ਰੌਲਾ ਰੱਪਾ ਦੱਸੋ। ਹਾਂਜੀ, ਲੱਗਦਾ ਜ਼ਿਆਦਾ ਪੈਸਾ ਆਇਆ ਲੱਗਦਾ ਤੇਰੇ ਕੋਲ, ਹੈਂ? ਜਿਹੜਾ ਬਗਾਨੇ ਪਿੰਡ ਜਾ ਕੇ ਚੜਾ ਚੜਾ ਬੋਲੀਆਂ ਲਾਉਣਾ। ਕਿਹੜੇ ਪੈਸੇ ਜੀ, ਮਾੜਾ ਮੋਟਾ ਸੁਗਲ ਮੇਲਾ ਕਰ ਲੈਂਦੇ ਹਾਂ। ਕਿਹੜੇ ਪਿੰਡੋਂ ਆਏ ਹੋ? ਆ ਜਾਓ ਚਾਹ ਪਲਾਈਏ। ਸਾਲਾ ਚਾਹ ਦਾ ਪਹਿਲਾ ਹਫ਼ਤਾ ਪੀਲਾ, ਸਾਲਾ ਆਇਆ ਵੱਡੇ ਸੁਗਲ ਮੇਲੇ ਦਾ। ਦੇਖਦਾ ਦੇਖਦਾ ਕੌਣ ਆ ਬਈ? ਆ ਗਿਆ, ਇੱਕ ਮਿੰਟ। ਹਰਦਿਆਲ ਸਿੰਘ ਨੂੰ ਮਿਲਣਾ ਸੀ। ਹਾਂਜੀ ਦੱਸੋ, ਮੈਂ ਹੀ ਹਰਦਿਆਲ ਹਾਂ। ਤੇਲ ਤਾਂ ਪੂਰਾ ਹੈ, ਹੋਇਆ ਵੀ ਹਫ਼ਤਾ ਹੀ ਹਜੇ ਪਾਏ ਨੂੰ, ਫਿਰ ਗਰਮ ਕਾਹਤੋਂ ਹੋਈ ਜਾਂਦਾ? ਲੱਗਦਾ ਮੰਗੇ ਮਿਸਤਰੀ ਤੋਂ ਹੱਥ ਫੜਾਉਣਾ ਪਊ। ਉਹ ਕਿਹੜਾ? ਬਿੰਦਰ ਦੀ ਮੋਟਰ ਹੈ। ਹਾਂ ਦੱਸੋ ਕਿਵੇਂ ਆਉਣਾ ਹੋਇਆ?
ਬਿੰਦਰ ਤੇ ਬਿੰਦਰ ਦੇ ਭਾਈ ਦਾ ਕੰਮ ਸੀ। ਦੱਸੋ ਮੈਂ ਉਹਨਾਂ ਦਾ ਬਾਪੂ ਹਾਂ। ਦਰਸ਼ਨ ਬੁੜਿਆ ਚਿੰਤਾ ਨਾ ਕਰੀ, ਭੇਜਦਾ ਉਹਨਾਂ ਨੂੰ ਵੀ ਤੇਰੇ ਕੋਲ। ਕਰਿਓ ਤਿੰਨੇ ਜਾਣੇ ਉੱਤੇ ਜਾ ਕੇ ਖੇਤੀਬਾੜੀ। ਮਨਜੀਤ, ਜਿੰਨੀ ਜਾਣਕਾਰੀ ਮਿਲਦੀ ਆ ਇਕੱਠੀ ਕਰਕੇ ਲੈ ਕੇ ਆ। ਜੀ ਜਨਾਬ। ਕੀ ਗੱਲ ਹੋ ਗਈ? ਆਪਸੀ ਖੇਤਾਂ ਵਿੱਚ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ, ਬਹਿਸ ਹੋਈ ਹੈ। ਪਤਾ ਲੱਗੇ ਕਿ ਇਹਨਾਂ ਲੜੇ? ਨਹੀਂ, ਉਹ ਮੁੰਡਿਆਂ ਨੂੰ ਪਤਾ ਹੋਣਾ, ਚੱਕ ਕੇ ਲੈ ਬਾਪੂ ਉਹ ਬੈਠੇ ਇਹਨਾਂ ਦੇ ਮੁੰਡੇ। ਕਾਹਦੇ ਨਾਲ ਮਰਿਆ? ਗੋਲੀ ਵੱਜੀ ਹੈ। ਕਿੱਥੇ? ਛਾਤੀ 'ਚ ਲੱਗੀ ਹੈ ਗੋਲੀ, ਦੋ ਗੋਲੀਆਂ ਲੱਗੀਆਂ। ਜਨਾਬ, ਮਰਨ ਵਾਲਾ ਬਜ਼ੁਰਗ ਸੀ, ਇਹਦੇ ਮੁੰਡੇ ਖੇਤੋਂ ਲੈ ਕੇ ਆਏ ਚੱਕ ਕੇ। ਅੱਛਾ,
ਗੋਲੀ ਉਵੇਂ ਲੱਗੀ ਆ ਜਿਵੇਂ? ਉਹ ਨਹੀਂ ਨਹੀਂ ਜਨਾਬ, ਇਹਦੇ ਤਾਂ ਗੋਲੀ ਛਾਤੀ 'ਚ ਵੱਜੀ ਆ। ਅੱਛਾ, ਹਾਂਜੀ, ਇਹਨਾਂ ਨੇ ਤਾਂ ਸਾਰਾ ਖੇਤ ਵਾਲਾ ਕ੍ਰਾਈਮ ਸੀਨ ਹੀ ਖਰਾਬ ਕਰਤਾ ਜਨਾਬ। ਹੂੰ, ਜਦੋਂ ਗੋਲੀ ਚੱਲੀ ਆ ਨਾ, ਹੂੰ, ਇਹਦੇ ਮੁੰਡੇ ਉੱਥੇ ਸੀ। ਅੱਛਾ, ਇਹਦਾ ਮਤਲਬ ਇਹਨਾਂ ਨੇ ਬੰਦਾ ਦੇਖਿਆ ਹੋ। ਜੀ ਜਨਾਬ। ਕੰਮ ਵਾਲੀ ਗੱਲ ਹਮੇਸ਼ਾ ਲੇਟ ਦੱਸ ਦਿਓ, ਤਰੱਕੀਆਂ ਸਵਾਹ ਕਰੋਗੇ? ਮੁੰਡੇ ਨਾਲ ਗੱਲ ਕਰਨੀ ਪੈਣੀ ਹੈ। ਜੀ ਜਨਾਬ। ਸਾਨੂੰ ਪਤਾ ਲੱਗਿਆ ਕਿ ਜਿਹਨੇ ਕਤਲ ਕੀਤਾ ਤੁਸੀਂ ਉਸ ਬੰਦੇ ਨੂੰ ਪਛਾਣਦੇ ਹੋ? ਨਹੀਂ ਨਹੀਂ ਜੀ, ਤੁਹਾਨੂੰ ਗਲਤ ਜਾਣਕਾਰੀ ਮਿਲੀ ਹੈ। ਸਾਨੂੰ ਕਿਸੇ ਬੰਦੇ ਬਾਰੇ ਕੋਈ ਜਾਣਕਾਰੀ ਨਹੀਂ। ਤੁਹਾਨੂੰ ਪਤਾ ਤੁਹਾਡੇ ਪਿਤਾ ਜੀ ਨੂੰ ਮਿਲਾ ਕੇ 3 ਕਤਲ ਹੋਏ ਨੇ। ਬਾਡੀ ਪੋਸਟਮਾਰਟਮ ਲਈ ਭੇਜਣੀ ਪੈਣੀ ਹੈ। ਹੁਣ ਤਾਂ ਜੀ ਮਿੱਟੀ ਹੈ, ਜਿੱਥੇ ਮਰਜ਼ੀ ਲਈ। ਭਾਈ, ਮੈਂ ਸੁਣਿਆ ਬਿੰਦਰ ਤੇ ਸੁਰਜੀਤ ਮੁੱਕਰ ਗਏ, ਕਹਿੰਦੇ ਅਸੀਂ ਬੰਦਾ ਨਹੀਂ ਦੇਖਿਆ। ਬਾਈ, ਮੈਨੂੰ ਤਾਂ ਲੱਗਦਾ ਉਹ ਡਰ ਗਏ। ਬਾਈ, ਡਰੇ ਡੁਰੇ ਅਗਲੇ ਕੋਈ ਨਹੀਂ, ਵੇਖਣ 'ਚ ਪੱਧਰੇ ਜਿਹੇ ਲੱਗਦੇ ਆ, ਅੰਦਰੋਂ ਤਾਂ ਬਾਹਲੇ ਚਿੜੇ ਆ। ਉਹ ਗੱਲ ਵੱਖਰੀ ਹੈ, ਦਰਸ਼ਨ ਦੀ ਝੇਪ ਜੀ ਮੰਨਦੇ ਸੀ, ਭਾਅ ਜੀ ਤਾਂ ਮੋੜਨਗੇ। ਬਸ ਹੁਣ ਇਹ ਦੇਖਣਾ ਕਿ ਭਾਅ ਜੀ 'ਚ ਲੱਡੂ ਦਾ ਲੱਡੂ ਕਰਨਗੇ ਜਾਂ ਫਿਰ ਜਲੇਬੀਆਂ ਸ਼ੱਕਰਪਾਰੇ ਵੀ ਲਪੇਟਣਗੇ। ਲਿਖ ਕੇ ਲੈ ਲਾ ਮੇਰੇ ਤੋਂ। ਦਰਸ਼ਨ ਦੇ ਸੰਸਕਾਰ ਤੋਂ ਪਹਿਲਾਂ ਪਹਿਲਾਂ ਚੌਕੇ ਪੇ ਲੈ। Thank you.
ਮੱਥੇ ਚ ਗੋਲੀ ਕਿਉਂ ਨੀ ਮਾਰੀ? ਇਹਦੇ ਲੋੜ ਕਿਉਂ ਨੀ ਕਰਦਾ? ਇੰਨੀ ਸੌਖੀ ਮੌਤ ਨੀ ਮਾਰਨਾ ਇਹਨੂੰ। ਜਦੋਂ ਸਿਆਣੀ ਉਮਰ ਦੀ ਔਰਤ ਕਮਲੀਆਂ ਗੱਲਾਂ 'ਤੇ ਆ ਜਾਂਦੀਆਂ ਨਾ, ਫੋਕੀ ਅਣਖ ਅਤੇ ਆਕੜ ਦੀ ਖਾਤਰ ਕਈ ਘਰਾਂ 'ਚ ਸੱਥਰ ਵਿਛਾ ਜਾਂਦੀ। ਦੁਸ਼ਮਣੀ 'ਚ ਬਲਦੇ ਸਿਵਿਆਂ ਦੀ ਅੱਗ ਅਤੇ ਪੱਕੀ ਕਣਕ ਦੇ ਨਾੜ ਨੂੰ ਲੱਗੀ ਹੋਈ ਅੱਗ, ਦੋਨਾਂ 'ਚ ਕੋਈ ਬਾਹਲਾ ਫਰਕ ਨਹੀਂ ਹੁੰਦਾ। ਦੋਨੇ ਬਹੁਤ ਔਖੀਆਂ ਰੁਕਦੀਆਂ, ਅਤੇ ਜਦੋਂ ਅੱਗੇ ਰੁਕਦੀ ਹੈ ਨਾ ਤਾਂ ਬਸ ਪੱਲੇ ਸਵਾਹ ਹੀ ਛੱਡਦੀ ਹੈ। ਤੁਹਾਡੇ ਚੱਕਰ 'ਚ ਮੇਰੇ ਭਰਾ ਨੇ ਆਪਦੀ ਜਾਨ ਦੀ ਬਾਜ਼ੀ ਲਾਤੀ, ਪਰ ਤੁਹਾਡਾ ਖੂਨ ਨਾ ਖੋਲਿਆ। ਮੈਂ ਤਾਂ ਕਹਿੰਦੀ ਹਾਂ ਤੁਹਾਡੇ ਖੂਨ 'ਚ ਵਾਲੇ ਹੈ ਨਹੀਂ। ਜੇ ਅੱਜ ਮੇਰਾ ਤਿਉਰ ਹੁੰਦਾ ਨਾ ਛੋਟਾ, ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ। ਕਾਹਨੂੰ ਬਲਦੀ 'ਤੇ ਤੇਲ ਪਾਉਣੀ ਆ, ਹਲੇ ਉਹਦੀ ਸਿਵੇ ਦੀ ਅੱਗ ਠੰਡੀ ਨਹੀਂ ਹੋਈ। ਮੈਂ ਤਾਂ ਕਹਿੰਦੀ ਇਹ ਅੱਗ ਠੰਡੀ ਵੀ ਨਾ ਹੋਵੇ। ਜਾ ਮੁੰਡਿਆ, ਤੂੰ ਬਹੂ ਦੀ ਬੁੱਕਲ 'ਚ ਵਗ ਜਾ, ਤੇਰੇ ਵੱਸ ਦੀ ਇਹ ਗੱਲ ਹੈ ਨਹੀਂ ਹੁਣ।
ਬਾਈ ਰੁਕ ਜਾਓ, ਚਾਚੀ ਦੀਆਂ ਗੱਲਾਂ 'ਚ ਆ ਕੇ ਪਹਿਲਾਂ ਤੁਹਾਡਾ ਵੀਰਾ ਮਾਮਾ ਠੋਕਿਆ ਗਿਆ, ਹੁਣ ਤੁਸੀਂ ਧੋਖਾ ਖਾਓਗੇ। ਮੇਰੀ ਮੰਨੋ, ਗੱਲ ਠੰਡੀ ਬਹਿਣ ਦਿਓ, ਪੁਲਿਸ ਚਕੰਨੀ ਆ, ਬੰਦਾ ਭਾਲਦੀ ਫਿਰਦੀ ਆ। ਪਹਿਲਾਂ ਤੇਰੀ ਸਲਾਹ ਮੰਨੀ ਸੀ, ਤਾਂ ਹੀ ਆ ਸਿਆਪਾ ਪਿਆ। ਤੁਸੀਂ ਦੱਸੋ ਬਾਈ ਫਿਰ ਕਿਵੇਂ ਕਰਨਾ? ਉਹ ਦੋਨੋਂ ਠੋਕਣੇ ਆ ਮੇਰੇ ਸਾਲੇ। ਬਾਈ ਹੁਣ ਰੁਕ ਜਾਓ, ਫਿਰ ਜਿਵੇਂ ਕਹੋਗੇ ਕਰ ਲਾਂਗੇ, ਬਸ ਕੁਛ ਟਾਈਮ ਰੁਕ ਜਾਓ, ਮੈਂ ਤੁਹਾਡੇ ਨਾਲ ਆ। ਜਿੰਨਾ ਚਿਰ ਮੇਰੇ ਬਾਹਰ ਦੇ ਪੇਪਰ ਨਹੀਂ ਬਣਦੇ, ਮੈਂ ਪਾਲੇ ਨੂੰ ਲੈ ਕੇ ਆਪਣੇ ਪੇਕੇ ਚੱਲੀ ਹਾਂ। ਮੈਂ ਹੁਣ ਆਪਣੇ ਮੁੰਡੇ ਨਾਲ ਬਾਹਰ ਚਲੇ ਜਾਣਾ। ਹੁਣ ਮੇਰਾ ਇੱਥੇ ਦਿਲ ਨਹੀਂ ਲੱਗਦਾ। ਉੱਥੇ ਮੇਰੀ ਨੂੰਹ ਹੈ, ਜਵਾਕ ਨੇ। ਮੈਂ ਜਾਣਦੀ ਹਾਂ ਜੇ ਮੈਂ ਇੱਥੇ ਰਹੀ ਫਿਰ ਪਾਲਾ ਵੀ ਇੱਥੇ ਆਊਗਾ। ਇੱਕੋ ਇੱਕ ਮੁੰਡਾ ਹੈ ਮੇਰਾ, ਹੁਣ ਮੈਂ ਉਹਨੂੰ ਗਵਾਉਣਾ ਨਹੀਂ ਚਾਹੁੰਦੀ। ਜ਼ਮੀਨ ਤੁਸੀਂ ਰੱਖੋ, ਪਾਓ ਠੇਕਾ ਭੇਜਦੀ ਹੋ, ਆਲੋ ਘਰ ਦੀਆਂ ਚਾਬੀਆਂ, ਜਦੋਂ ਵੀ ਟਾਈਮ ਲੱਗੇ ਘਰੇ ਗੇੜਾ ਜ਼ਰੂਰ ਮਾਰ ਜਾਇਆ ਕਰਿਓ। ਚੱਲੀਏ ਮਾਂ। ਚੰਗਾ ਹੁਣ ਮੈਂ ਚੱਲਦੀ ਹਾਂ। ਜੇ ਕਿਤੇ ਘਰ ਦੀ ਕੱਢੀ ਮਿਲ ਜਾਵੇ ਨਾ, ਅੱਜ ਤਾਂ ਨਜ਼ਾਰਾ ਹੀ ਆ ਜਾ। ਮੈਂ ਕੱਲ੍ਹ ਕਿਹਾ ਸੀ ਇੱਕ ਬੰਦੇ ਨੂੰ, ਜੇ ਉੱਧਰ ਗੱਲ ਬਣ ਗਈ ਰੁਪਈਆ 300 ਦੇਣਾ, 150 ਤੂੰ ਭਾਈ, 150 ਮੈਂ ਤੂੰ। ਪੈਸੇ ਤਾਂ ਇਸ ਟਾਈਮ ਉੱਪਰਲੀ ਜੇਬ 'ਚ ਪਾ ਕੇ ਰੱਖੀ ਰਿਹਾ। ਇਹ ਹਰਦਿਆਲ ਦੇ ਘਰ ਦੇ ਨਹੀਂ ਲੱਗਦੇ, ਲੱਗਦਾ ਟਾਈਮ ਨਾਲ ਨਿਕਲ ਗਏ। ਜਗੀਰੋ ਲੰਬਾ ਸੋਚ ਗਈ, ਪੁਲਿਸ ਨੇ ਵੀ ਅੱਗ ਨਹੀਂ ਕੱਢੀ। ਪੁਲਿਸ ਵੀ ਬਿਨਾਂ ਗਵਾਹ ਤੋਂ ਕੁਛ ਨਹੀਂ ਕਰਦੀ ਬਾਈ, ਅਗਲਿਆਂ ਨੇ ਕਾਰਵਾਈ ਕੀਤੀ ਤਾਂ ਚੁੱਪ ਬੈਠ ਗਏ। ਵੈਸੇ ਬੂਟੇ ਹੁਣ ਵੀ ਜਮਾਂ ਹੀ ਸ਼ਾਂਤ ਹੋ ਗਏ। ਬੂਟੇ ਹੋਰੀ ਸ਼ਾਂਤ ਹੋ ਗਏ ਬਹਿ ਗਏ। ਮੀਂਹ ਆਉਣ 'ਤੇ ਜਿਹੜੀ ਹੁੰਮਸ ਨਹੀਂ ਹੁੰਦੀ ਉਹ ਹੈ ਇਹ। ਅੱਛਾ, ਝੜੀ ਤਾਂ ਲੱਗੂਗੀ। ਦਿਨ ਗਿਣਤੀ ਦੇ ਹੀ ਆ ਬਸ। ਹਾਂ ਚੱਲ ਚੱਲੀਏ। ਭਾਬੀ ਆ ਸਾਰਾ ਸਮਾਨ ਭਾਬੀ ਜੋ ਤੁਸੀਂ ਪਰਚੀ ਤੇ ਲਿਖਿਆ ਸੀ ਸਾਰਾ ਏ।
ਗੁੜ ਭੁੱਲ ਗਿਆ। ਚੱਲ ਕੋਈ ਨੀ, ਬਾਈ ਨਾ ਖੇਤਾਂ ਵੱਲ ਗਿਆ ਸੀਗਾ ਤੇਰਾ, ਰੋਟੀ ਲੈਂਦੇ ਹੋਏ ਜਾਈ। ਠੀਕ ਹੈ, ਮੈਂ ਲੈ ਕੇ ਆਉਂਦੀ ਹੁਣੇ। ਕੀ ਗੱਲ ਹੈ? ਉਹ ਕੀ ਗੱਲ ਹੋ ਗਈ, ਕਿਉਂ ਸਾਹ ਉਸਾਈ ਹੋਇਆ ਪਿਆ? ਯਾਰ ਘਰੇ ਡੀਕ ਨਹੀਂ ਸਕਦਾ ਸੀ ਮੈਨੂੰ, ਕੱਲੇ ਇੱਧਰ ਤੁਰ ਪਿਆ। ਲੈ ਕੁਛ ਨਹੀਂ ਹੁੰਦਾ ਮੈਨੂੰ, ਡਰਨਾ ਤੂੰ ਹੈ ਨੀ ਦਮ ਦੁਮ ਉਹਨਾਂ 'ਚ, ਮੋਦੀ 'ਚ ਅੱਗਾਂ ਨੂੰ ਬਹਿ ਗਿਆ ਉਹ। ਆੜਤੀਆਂ ਤੋਂ ਪੈਸੇ ਲਿਆ ਸੀ? ਆਹੋ ਐਂ ਕਰ, ਉੱਥੋਂ ਗੈਲਨ ਲੈ ਜਾ ਅਤੇ ਤੇਲ ਪਵਾ ਲਿਆ, ਡਰੰਮ ਕੱਲ੍ਹ ਨੂੰ ਭਰਾ ਲਾਂਗੇ, ਟਰੈਕਟਰ ਖਾਲੀ ਹੋਇਆ ਖੜਾ। ਜਾ ਉਹ ਜਾ ਹੁਣ, ਖੜਾ ਕੀ ਜਾਕੀ ਜਾਣਾ। ਕਮਾਲ ਹੋ ਗਈ ਮੁੰਡੇ ਵਾਲੀ ਇਹਦੀ। ਬਿੰਦਰਾ ਪੁੱਤ, ਅੱਜ ਨਹੀਂ ਸੁੱਕਾ ਜਾਣ ਦਿੰਦਾ ਤੈਨੂੰ। ਇਹ ਤਾਂ ਸਮਝ ਦੱਸੂਗਾ ਕਿ ਸੁੱਕਾ ਕੌਣ ਜਾਂਦਾ ਹੈ। ਤੁਹਾਡੀਆਂ ਦੋਹਾਂ ਦੀਆਂ ਲਾਸ਼ਾਂ ਜਾਣਗੀਆਂ ਇੱਥੋਂ। ਮੇਰੇ ਸਾਲੇ ਨੂੰ
ਕਾਕੇ ਕਦੇ ਕਦੇ ਨਾ ਮੈਨੂੰ ਐਂ ਲੱਗਦਾ ਆਪਾਂ ਨੂੰ ਮਲਕੀਤ ਵਾਲੀ ਗੱਲ ਬੂਟੇ ਨੂੰ ਨਹੀਂ ਦੱਸਣੀ ਚਾਹੀਦੀ। ਹਾਂ ਨਾ ਕੁਛ ਦੱਸਦੇ ਨਾ ਇੰਨਾ ਕੁਛ ਹੁੰਦਾ। ਸੁਰਜੀਤ ਮੈਂ ਤੇਰੇ ਨਾਲ ਗੱਲ ਕਰਨੀ ਸੀਗੀ। ਹਾਂ ਬੱਬੀ। ਇਹ ਜੋ ਵੀ ਚੱਲ ਰਿਹਾ ਨਾ ਇਹਨੂੰ ਇੱਥੇ ਖਤਮ ਕਰ ਦੇ। ਅਸੀਂ ਬਹੁਤ ਕੁਝ ਗਵਾ ਚੁੱਕੇ ਹਾਂ ਇਹਦੇ ਕਰਕੇ। ਸੁਰਜੀਤ ਮੈਂ ਤੈਨੂੰ ਕੁਛ ਕਹਿ ਰਹੀ ਹਾਂ। ਠੀਕ ਆ ਬੱਬੀ, ਜਿਵੇਂ ਤੂੰ ਕਹੇਂਗੀ ਉਵੇਂ ਹੋਊਗਾ। ਚੱਲ ਫਿਰ ਮੇਰੀ ਸੌਂਹ ਖਾ ਕੇ ਬੋਲ। ਸੁਰਜੀਤ ਸਿੰਘ ਘਰ ਆਈ ਆ। ਹਾਂਜੀ ਦੱਸੋ ਜਨਾਬ, ਤਲਾਸ਼ੀ ਲੈਣੀ ਆ ਤੁਹਾਡੇ ਘਰ ਦੀ। ਕੀ ਗੱਲ ਹੋਊ ਜੀ? ਬੂਟਾ ਤੇ ਅਜਮੇਰ ਕਈ ਦਿਨਾਂ ਤੋਂ ਲਾਪਤਾ ਨੇ, ਰਿਪੋਰਟ ਲਿਖਾਈ ਆ ਉਹਦੀ ਮਾਂ ਨੇ। ਲੱਭ ਲਓ ਜੀ ਜੇ ਲੱਭਦੇ ਆ ਤਾਂ। ਮੁੰਡਿਓ ਪੂਰਾ ਘਰ ਚੰਗੀ ਤਰ੍ਹਾਂ ਛਾਣ ਮਾਰੋ, ਕੋਈ ਵੀ ਕੋਨਾ ਬਚਣਾ ਨਹੀਂ ਚਾਹੀਦਾ। ਜੀ ਜਨਾਬ। ਜਨਾਬ ਘਰੇ ਕੁਛ ਨਹੀਂ ਮਿਲਿਆ। ਤੂੰ ਸੁੱਖ ਸੁੱਖੀ ਕਿ ਮੈਨੂੰ ਤੇਰੇ ਖਿਲਾਫ ਕੋਈ ਸਬੂਤ ਨਾ ਮਿਲੇ। ਸੁਰਜੀਤ ਸੱਚੀ ਸੱਚੀ ਦੱਸ ਤੂੰ ਕੀ ਕੀਤਾ ਉਹਨਾਂ ਦੇ ਨਾਲ? Oh!
ਮਿੱਟੀ ਚਾਹੀਦੀ ਹੈ ਮੁੜ ਕੇ ਉੱਗਣ ਵਾਸਤੇ। ਤੇਰੇ ਅਰਗੇ ਬੂਟੇ ਨਾ ਮੈਨੂੰ ਜੜੋਂ ਪੱਟਣੇ ਆਉਂਦੇ। ਕੁਛ ਨਹੀਂ ਹੁੰਦਾ, ਤੂੰ ਤਕੜਾ ਹੋ। ਹਰਦਿਆਲ ਵਾਲੀ ਜ਼ਮੀਨ ਖਾਲੀ ਹੋਣ ਵਾਲੀ ਹੈ, ਉਸੇ ਜ਼ਮੀਨ 'ਚ ਤੂੰ ਟਰੈਕਟਰ ਦੀ ਲੰਬ ਉਠਾਉਣੀ ਹੈ, ਲੰਬ।